हर टॉरिश की नीलाई सोने ओ किथे तैयारी है असी चले आ मेले तैनू की बीमारी हो मेले जांदी ए मुटे आ रे ले जा मेले नू नाल ओरा तेरा ते साडा करी सोच के सवाल हो मेले जांदी ए मुटे आ रे ले जा मेले नू नाल ओरा तेरा ते साडा करी सोच के सवाल कामयाब बंदे दे पीछे एक औरत दा हाथ हुंदा है पर उदे नाल ही एक कामयाब औरत दे पीछे भी एक बंदे दा हाथ जरूर हुंदा है क्योंकि प्यार ता कर लंदे आ लोग पर उदे विच सत्कार बिल्कुल सही अज बहुत सारे एहो जिहे गायक भी आप गाहे बगाहे वेख लैंदे आ जिन्हां नूं सुर दी समझ तां नहीं हुंदी पर नाम कितना कितें उह बना लैंदे ने कई लोग हुंदे आ जिहड़े कहिंदे तुसीं हारमोनियम नाल ना गाया करो भी हुण दौर जिहड़ा चलदा उहदा नहीं मैं इक ही मेरा इक ही जवाब हुंदा हारमोनीयम नाल गाणा इह भी खेड नहीं पिया इह भी सिखणा पैंदा पर उदों जरूर दुख लगदा आ कि हैं लोकां नूं गाणे दा बिल्कुल ही समझ नहीं हैगी गाने दी ਉਹ ਗਾ ਲੈਂਦੇ ਆ ਉਹ ਕਲਾਕਾਰ ਪਰ ਉਹ ਰੂਹ ਤੱਕ ਨਹੀਂ ਉਤਰਦਾ ਸਾਡੀ ਰੂਹ ਤਾਂ ਆਨੰਦਿਤ ਆ ਨਾ ਸਾਡੀ ਰੂਹ ਤਾਂ ਪ੍ਰਸੰਨ ਆ ਨਾ ਉਹ ਬਹੁਤਾ ਕਮਾ ਕੇ ਵੀ ਉਹਨਾਂ ਦੀ ਰੂਹ ਨਹੀਂ ਖੁਸ਼ ਹੋ ਸਕਦੀ ਫਿਰ ਕੀ ਕਰਨਾ ਉਹਦਾ ਗਾ ਜੱਜ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹਾਂ ਮੈਂ ਹਰਮਨ ਥਿੰਦ ਤੇ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਹਾਜ਼ਰ ਨੇ ਸਵਰਨ ਸਿੰਘ ਟੈਣਾ ਤੇ ਅੱਜ ਲਗਾਤਾਰਤਾ ਨੂੰ ਬਰਕਰਾਰ ਰੱਖਦੇ ਹੋਏ ਸਾਡੇ ਦੋਵਾਂ ਨਾਲ ਮੌਜੂਦ ਨੇ ਪ੍ਰਵੀਨ ਪਾਟਾ ਜੀ ਤੇ ਨਾਲ ਉਹਨਾਂ ਦੇ ਪਤੀ ਦੇਵ ਗੁਰਸ਼ਰਨ ਜੀ ਸੋ ਬਹੁਤ ਬਹੁਤ ਸਵਾਗਤ ਹੈ ਵੀ ਜੀ ਤੁਹਾਡਾ ਸ਼ੁਕਰ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਟੈਣਾ ਦਾ ਸਤਿ ਸ਼੍ਰੀ ਅਕਾਲ ਰਮਨ ਜੀ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਚੋਂ ਕਿਰਪਾ ਜੀ ਕਿਰਪਾ ਹੋ ਤੁਸੀਂ ਨਾ ਚੁੱਪ ਜੇ ਕਰੇ ਬੈਠੇ ਆ ਵੈਸੇ ਤਾਂ ਬਹੁ ਗਿਣਤੀ ਐਂ ਹੁੰਦੇ ਆ ਪਰ ਕੀ ਗੱਲ ਬਣ ਗਈ ਨਹੀਂ ਮੇਰਾ ਨੇਚਰ ਹੀ ਇਦਾਂ ਦਾ ਜੀ ਅੱਛਾ ਹਾਂਜੀ ਮੈਂ ਕਿਹਾ ਸ਼ਾਇਦ ਘੱਟ ਮੌਕਾ ਮਿਲਦਾ ਹੋਵੇ ਕੁਛ ਇਦਾਂ ਤੁਸੀਂ ਤੁਹਾਨੂੰ ਦੱਸਾਂ ਮੈਂ ਮਤਲਬ ਮੈਂ ਇਹਨਾਂ ਨੂੰ ਕਹਿੰਦੀ ਹੁੰਦੀ ਹਾਂ ਕਿ ਤੁਸੀਂ ਬੁਲਾਇਆ ਕਰੋ ਸਾਰਿਆਂ ਨੂੰ ਤੁਸੀਂ ਖੁੱਲ੍ਹ ਕੇ ਬੋਲੋ ਇਹ ਥੋੜ੍ਹੇ ਜਿਹੇ ਛਾਏ ਜਿੱਦਾਂ ਥੋੜ੍ਹਾ ਸ਼ਰਮਾਉਂਦੇ ਰਹਿੰਦੇ ਛਾਏ ਤਾਂ ਬਹੁਤ ਆ ਨਹੀਂ ਉਹ ਛਾਏ ਕਹਿ ਰਹੇ ਅੱਛਾ ਛਾਏ ਆਪਾਂ ਆਪਦੇ ਤਰੀਕੇ ਨਾਲ ਵੇਖਣਾ ਤੁਸੀਂ ਕਹਿੰਦੇ ਸੰਗਾਊ ਨੂੰ ਸੁਭਾਅ ਅਸੀਂ ਛਾਏ ਤਾਂ ਛਾਏ ਮੰਨਦੇ ਇਹ ਥੋੜ੍ਹਾ ਜਿਹਾ ਮਤਲਬ ਘੱਟ ਬਹੁਤ ਘੱਟ ਬੋਲਦੇ ਆ ਅੱਛਾ ਹਾਂ ਘਰੇ ਵੀ ਘਰੇ ਵੀ ਮੈਨੂੰ ਤਾਂ ਬੋਲਣ ਦੇ ਕਾਫੀ ਪਰ ਉਦਾਂ ਘੱਟ ਹੀ ਬੋਲਦੇ ਅੱਛਾ ਬਾਈ ਜੀ ਇਹ ਦੱਸੋ ਵੀ ਤੁਹਾਡਾ ਵਿਆਹ ਕਿਹੜੇ ਵਰੇ ਦੇ ਵਿੱਚ ਹੋਇਆ ਇਹ ਸਾਡਾ ਸਾਡੀ ਮੈਰਿਜ ਹੋਈ ਹੈ ਜੀ 2012 ਦੇ ਵਿੱਚ 27 ਮਈ 2012 ਜੀ ਤੇ ਇਹ ਕਿਵੇਂ ਤੁਸੀਂ ਇੱਕ ਦੂਜੇ ਨੂੰ ਮਿਲੇ ਕਿਉਂਕਿ ਸਾਡੇ ਨਾ ਕਈ ਦਰਸ਼ਕਾਂ ਦੇ ਸੁਨੇਹੇ ਆਏ ਵੀ ਜਦੋਂ ਵੀ ਇਹ ਆਪਸ ਦੇ ਵਿੱਚ ਤੁਹਾਡੀ ਗੱਲਬਾਤ ਹੋਵੇ ਤਾਂ ਪੁੱਛਿਓ ਵੀ ਮੁਹੱਬਤ ਦੇ ਵਿੱਚ ਡੁਬਕੀ ਕਿਵੇਂ ਲੱਗੀ ਤੇ ਕੀ ਗੱਲਬਾਤ ਕੀ ਬਣੀ ਮੁਹੱਬਤੀ ਪ੍ਰਕਿਰਿਆ ਕਿਵੇਂ ਹੋਇਆ ਜੀ ਇਹ ਇੱਦਾਂ ਸੀਗਾ ਜੀ ਜਿੱਥੇ ਅਸੀਂ ਮੰਨਦੇ ਹਾਂ ਉੱਥੇ ਇਕੱਠੇ ਹੋਏ ਸੀ ਸਮਾਗਮ 'ਤੇ ਔਰ ਵੈਸੇ ਇੱਦਾਂ ਦਾ ਕੋਈ ਨਹੀਂ ਸੀਗਾ ਪਰਪਸ ਕੁਛ ਇੱਦਾਂ ਦਾ ਪ੍ਰਵੀਨ ਜੀ ਇੱਕ ਵਾਰ ਆਏ ਇੱਕੋ ਦਿਨ ਲਈ ਆਏ ਸੀਗੇ ਅਤੇ ਸਾਡੇ ਜੋ ਜਿੱਦਾਂ ਸਾਡੀ ਬ੍ਰਾਂਚ ਦੇ ਲੋਕ ਸਾਰੇ ਇਹਨਾਂ ਨਾਲ ਸਨੈਪ ਵਗੈਰਾ ਕਰਾ ਰਹੇ ਸੀ ਵੀ ਪ੍ਰਵੀਨ ਭਾਟਾ ਜੀ ਸਾਡੇ ਟੈਂਟ 'ਚ ਆਏ ਨੇ ਅਤੇ ਮੇਰੇ ਕੋਲ ਆਇਆ ਮੁੰਡਾ ਕਹਿੰਦਾ ਚਾਚੂ ਇਹ ਫੋਨ ਦਿਓ ਵੀ ਮੈਡਮ ਜੀ ਆਏ ਹੋਏ ਉਹਨਾਂ ਨਾਲ ਪਿੱਕ ਕਰਨੀ ਆ ਤੇ ਤੁਸੀਂ ਵੀ ਆ ਜਾਓ ਮੈਂ ਕਿਹਾ ਯਾਰ ਤੁਸੀਂ ਕਰਾ ਲਓ ਵੀ ਮੈਂ ਤਾਂ ਜਾਣਾ ਨਹੀਂ ਮੈਨੂੰ ਬੁਖਾਰ ਚੜਿਆ ਹੋਇਆ ਸੀਗਾ ਮੈਂ ਪਿਆ ਸੀਗਾ ਅੱਛਾ ਤੁਸੀਂ ਕਰਾਉਣਾ ਨਹੀਂ ਚਾਹੁੰਦੇ ਸੀ ਮੇਰੇ ਨਾਲ ਫੋਟੋ ਅਤੇ ਸਾਰਾ ਦਿਨ ਉਹਨਾਂ ਨੇ ਇਹਨਾਂ ਨੂੰ ਫੋਟੋਆਂ ਕਰਵਾਈ ਗਏ ਸਾ ਪੂਰਾ ਦਿਨ ਵੀ ਰੈਸਟ ਵੀ ਨਹੀਂ ਕੀਤੀ ਹੋਣੀ ਇਹਨਾਂ ਨੇ ਜਿੱਥੋਂ ਤੱਕ ਮੈਨੂੰ ਲੱਗਦਾ ਅਤੇ ਮੈਂ ਸ਼ਾਮ ਜੀ ਨੂੰ ਗਿਆ ਸੀਗਾ ਇਹਨਾਂ ਕੋਲ ਮੈਂ ਵੀ ਪਿੱਕ ਕਰਵਾਉਣੀ ਗਿਆ ਸੀਗਾ ਅੱਛਾ ਅਤੇ ਉਹ ਸਾਡੇ ਆਂਟੀ ਨੇ ਇਹ ਮੇਰਾ ਗੀਤ ਗਾ ਰਹੇ ਸੀਗੇ ਮੇਰਾ ਲਿਖਿਆ ਹੋਇਆ ਧਾਰਮਿਕ ਇਹਨਾਂ ਦਾ ਲਿਖਿਆ ਹੋਇਆ ਧਾਰਮਿਕ ਮੈਂ ਗਾ ਰਹੀ ਸੀਗੀ ਤੇ ਮੈਨੂੰ ਨਹੀਂ ਪਤਾ ਸੀ ਇਹਨਾਂ ਦਾ ਨਾਮ ਗੁਰਸ਼ਰਨ ਸ਼ਰਨ ਮੈਨੂੰ ਇਦਾਂ ਲੱਗਦਾ ਸੀ ਕੋਈ ਮਤਲਬ ਬਜ਼ੁਰਗ ਟਾਈਪ ਕੋਈ ਹੋਣਗੇ ਹੈ ਨਾ ਅੰਕਲ ਜਿਨ੍ਹਾਂ ਦਾ ਲਿਖਿਆ ਹੋਇਆ ਕਿਉਂਕਿ ਸ਼ਰਨ ਗੁਰਸ਼ਰਨ ਤੋਂ ਇਦਾਂ ਲੱਗਦਾ ਹੈ ਨਾ ਹਾਂਜੀ ਤੇ ਫਿਰ ਜਦੋਂ ਇਹਨਾਂ ਦਾ ਮੈਂ ਗਾ ਰਹੀ ਸੀਗੀ ਤੇ ਇਹ ਵੀ ਆ ਗਏ ਫਿਰ ਉਹਨਾਂ ਨੇ ਮੈਨੂੰ ਮਿਲਾਇਆ ਇਹਨਾਂ ਦੇ ਨਾਲ ਤੇ ਇੱਕ ਆਂਟੀ ਆ ਸਾਡੇ ਸਾਡੀ ਬ੍ਰਾਂਚ ਤੋਂ ਆਂਟੀ ਨੇ ਉਹ ਸਾਨੂੰ ਦੋਨ ਅਸੀਂ ਤਿੰਨੇ ਜਾਣੇ ਬੈਠੇ ਸੀ ਉਹ ਕਹਿੰਦੇ ਵੀ ਉਸੇ ਦਿਨ ਹੀ ਉਸੇ ਟਾਈਮ ਮੈਨੂੰ ਕਹਿੰਦੇ ਪ੍ਰਵੀਨ ਵੀ ਤੂੰ ਇੰਨਾ ਅੱਛਾ ਗਾ ਲੈਂਦੀ ਆ ਵੀ ਸ਼ਰਨ ਬਹੁਤ ਅੱਛਾ ਕਹਿੰਦੇ ਤੁਸੀਂ ਵਿਆਹ ਕਰਾ ਲਓ ਤਾਂ ਦੋਨੋਂ ਜਾਣੇ ਅੱਛਾ ਮੂੰਹ ਤੇ ਹੀ ਤੁਸੀਂ ਸੰਗ ਕੇ ਲਾਲ ਹੋ ਗਏ
ਹੋ ਗਏ ਸੀ ਸੱਚੀ ਤੁਹਾਨੂੰ ਵੀ ਤਾਂ ਪਤਾ ਲੱਗਾ ਤੁਹਾਨੂੰ ਵੀ ਤਾਂ ਪਤਾ ਲੱਗਾ ਮੈਨੂੰ ਤਾਂ ਹੀ ਹੁੰਦਾ ਨਾ ਕੁੜੀਆਂ ਸੰਗ ਜਾਂਦੀਆਂ ਇਹ ਵੀ ਸਾਨੂੰ ਇਸਨੂੰ ਧਰਤੀ ਵੇਲ ਨਾ ਦਵੇ ਮੇਰੇ ਲਈ ਉੱਠਣਾ ਬਹੁਤ ਮੁਸ਼ਕਲ ਹੋ ਗਿਆ ਸੀ ਉੱਥੋਂ ਮੈਂ ਕਿਹਾ ਵੀ ਆਂਟੀ ਮੇਰੇ ਛੱਤਰ ਪਵਾਉਣਗੇ ਮੈਂ ਮੈਨੂੰ ਵੀ ਐ ਹੋ ਗਿਆ ਮੈਂ ਕਿਹਾ ਆਂਟੀ ਨੇ ਕੀ ਕਹਿ ਦਿੱਤਾ ਕਿਉਂਕਿ ਇਹਨਾਂ ਦੀ ਫੈਮਿਲੀ ਬੈਠੀ ਸੀਗੀ ਉਹਨਾਂ ਨੇ ਡਾਇਰੈਕਟ ਹੀ ਸਿੱਧਾ ਕਹਿ ਦਿੱਤਾ ਵੀ ਤੁਸੀਂ ਵਿਆਹ ਹੀ ਕਰਾ ਲਓ ਬਸ ਫਿਰ ਇਹਨਾਂ ਦੇ ਫਰੈਂਡ ਉਹਨਾਂ ਨੇ ਬਸ ਐਦੀ ਕਿਹਾ ਕਿ ਮੁੰਡਾ ਸਾਡਾ ਰਾਈਟਰ ਆ ਤੇ ਕੁੜੀ ਪ੍ਰਵੀਨ ਭਾਟ ਆ ਸਿੰਗਰ ਆ ਤੇ ਕਿਉਂ ਨਾ ਇਹਨਾਂ ਨੂੰ ਇਕੱਠੇ ਕਰ ਦਈਏ ਸਾਡੇ ਨਾਮ ਦੇ ਭਾਜੀ ਆ ਸਾਡੇ ਨਾਭਾ ਤੋਂ ਤੇ ਬਸ ਫਿਰ ਜੋੜਮੇਲ ਹੋ ਗਿਆ ਕਿਉਂਕਿ ਫੀਮੇਲ ਸਿੰਗਰ ਲਈ ਬਹੁਤ ਸੀਰੀਅਸ ਮੈਟਰ ਆ ਫੀਮੇਲ ਸਿੰਗਰ ਲਈ ਮੈਂ ਖੁਦ ਦੇਖਿਆ ਬਹੁਤ ਕੁੜੀਆਂ ਆਫਟਰ ਮੈਰਿਜ ਉਹਨਾਂ ਨੂੰ ਇੰਨੀ ਪ੍ਰੋਬਲਮ ਆਉਂਦੀ ਆ ਕਿ ਉਹ ਫਿਰ ਗਾ ਨਹੀਂ ਸਕਦੀਆਂ ਉਹ ਉਹਨਾਂ 'ਤੇ ਇੰਨਾ ਰੋਕ ਉਹਨਾਂ 'ਤੇ ਨਹੀਂ ਲਗਾਈ ਜਾਂਦੀ ਆਹ ਨਹੀਂ ਕਰਨਾ ਉਹਦੇ ਨਾਲ ਨਹੀਂ ਬੋਲਣਾ ਆਹ ਨਹੀਂ ਬੋਲਣਾ ਆਹ ਨਹੀਂ ਕਰਨਾ ਇਹ ਚੀਜ਼ਾਂ ਹੁੰਦੀਆਂ ਜੀ ਸੋ ਮੈਨੂੰ ਫਿਰ ਮੇਰੇ ਹਸਬੈਂਡ ਲਿਖਦੇ ਵੀ ਸੀ ਰਾਈਟਰ ਤਾਂ ਵੈਸੇ ਹੀ ਦਿਲ ਦੇ ਤੁਹਾਨੂੰ ਪਤਾ ਬਹੁਤ ਜ਼ਿਆਦਾ ਸਾਫ਼ ਹੁੰਦੇ ਆ ਸਾਫ਼ ਹੁੰਦੇ ਆ ਪਾਕ ਸਾਫ਼ ਹੁੰਦੇ ਆ ਅਤੇ ਬਾਕੀ ਇਨਸਾਨ ਬਹੁਤ ਜ਼ਿਆਦਾ ਅੱਛੇ ਆ ਮੈਂ ਹੁਣ ਅੱਜ ਹੀ ਤਾਰੀਫ਼ ਕਰਨੀ ਇਸ ਤੋਂ ਬਾਅਦ ਤਾਰੀਫ਼ ਨਹੀਂ ਕਰਨੀ ਕਹਿੰਦੇ ਹੁੰਦੇ ਆ ਕਿਤੇ ਬੰਦਾ ਵਿਗੜ ਨਾ ਜਾਵੇ ਅਤੇ ਪਰ ਸੱਚੀ ਬਹੁਤ ਅੱਛੇ ਆ ਮੇਰੀ ਫੈਮਿਲੀ ਵੀ ਬਹੁਤ ਅੱਛੀ ਆ ਇਨਲੋਸ ਫੈਮਿਲੀ ਬਹੁਤ ਅੱਛੀ ਆ ਔਰ ਮੇਰੇ ਹਸਬੈਂਡ ਬਹੁਤ ਜ਼ਿਆਦਾ ਅੱਛੇ ਆ ਜਦੋਂ ਪਹਿਲੀ ਵਾਰੀ ਉਹ ਆਂਟੀ ਨੇ ਕਹਿਤਾ ਵਿਚਾਲੇ ਆ ਕੇ ਤੇ ਫਿਰ ਤੁਹਾਨੂੰ ਐ ਨਹੀਂ ਲੱਗਿਆ ਵੀ ਕਿਹੋ ਜਿਹੀ ਗੱਲ ਜੀ ਕਰਦੇ ਮੈਂ ਨਹੀਂ ਕਰਵਾਉਣਾ ਕਦੇ ਐ ਨਹੀਂ ਕਿ ਉਹਦੇ ਹੀ ਮੰਨ ਗਏ ਤੁਸੀਂ ਵੀ ਨਹੀਂ 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 ਅੰਦਰੀ ਸਾਰੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਕਹਾਣੀ ਜ਼ਰੂਰ ਪੁੱਛਣੀ ਹੁੰਦੀ ਕਿ ਉਦੋਂ ਕੀ ਹੋਇਆ ਤੂੰ ਕੀ ਕਹਿਤਾ ਉਹਨੇ ਕੀ ਕਹਿਤਾ ਉਹਦਾ ਪੂਰਾ ਸਵਾਦ ਲੈ ਕੇ ਪੁੱਛ ਰਹੇ ਵੀ ਤੁਸੀਂ ਸੰਗ ਗਏ ਇਹਨਾਂ ਨੇ ਵੀ ਉਦਾਂ ਦਾ ਮਾਹੌਲ ਕ੍ਰੀਏਟ ਕਰਦਾ ਜਿੱਦਾਂ ਆਂਟੀ ਨੇ ਉੱਥੇ ਕੀਤਾ ਸੀ ਅੱਛਾ ਜਿਹੜੀਆਂ ਜੋੜੀਆਂ ਹੁੰਦੀਆਂ ਨਾ ਉਹ ਰੱਬ ਵੱਲੋਂ ਬਣਾਈਆਂ ਹੁੰਦੀਆਂ ਪਹਿਲਾਂ ਕਿਉਂਕਿ ਉਹ ਆਪਾਂ ਹੀ ਸੋਚ ਲੈਂਦੇ ਕਿ ਦੁਨੀਆ 'ਤੇ ਬਣਦੀਆਂ ਕਿ ਨਹੀਂ ਇਹ ਤਾਂ ਪਹਿਲੇ ਹੀ ਸੰਯੋਗ ਮਿਲੇ ਹੁੰਦੇ ਆ ਔਰ ਥੈਂਕ ਗੋਡ ਕਿ ਮੈਨੂੰ ਹੁਣ ਵੀ ਇੰਨੇ ਜ਼ਿਆਦਾ ਮਤਲਬ ਮੈਂ ਮੇਰੇ ਜੇ ਮੈਂ ਅੱਜ ਗਾ ਰਹੀ ਹਾਂ ਇਹਨਾਂ ਦੀ ਬਦੌਲਤ ਗਾ ਰਹੀ ਹਾਂ ਕਿਉਂਕਿ ਪਾਪਾ ਜ਼ਿੰਦਗੀ 'ਚ ਨਹੀਂ ਹੈਗੇ ਪਾਪਾ ਤੋਂ ਬਾਅਦ ਇੱਦਾਂ ਲੱਗਦਾ ਹੁੰਦਾ ਸੀ ਕਿ ਕੌਣ ਮੈਨੂੰ ਕਹੇਗਾ ਰਿਆਜ਼ ਕਰ ਵੀ ਤੂੰ ਆਪਣਾ ਗਾ ਕੌਣ ਖਿਜੇਗਾ ਮੈਨੂੰ ਪਰ ਨਹੀਂ ਹਸਬੈਂਡ ਮਤਲਬ ਇੱਦਾਂ ਨਹੀਂ ਕਿ ਸਵੇਰੇ ਇਹਨਾਂ ਨੇ ਜੇ 10 ਮਿੰਟ ਵੀ ਮੈਂ ਘੱਟ ਲਗਾਏ ਆ ਮੈਂ ਆਪਣੇ ਰਿਆਜ਼ ਦੇ ਵਿੱਚ ਦੋ ਦੋ ਤਿੰਨ ਤਿੰਨ ਘੰਟੇ ਅਸੀਂ ਰਿਆਜ਼ ਕਰਦੇ ਹਾਂ ਅਰਲੀ ਮਾਰਨਿੰਗ ਉੱਠ ਕੇ ਅਤੇ ਇਹਨਾਂ ਨੇ ਮੇਰੇ ਖਾਤਰ ਉੱਠਣਾ ਵੀ ਜਲਦੀ ਹੈ ਥੋੜ੍ਹਾ ਲੇਟ ਉੱਠਦੇ ਸੀ ਮੈਂ ਪਹਿਲਾਂ ਵੀ ਦੱਸਿਆ ਪਹਿਲਾਂ ਲੇਟ ਉੱਠਦੇ ਸੀ ਮੇਰੇ ਕਰਕੇ ਇਹਨਾਂ ਨੇ ਜਲਦੀ ਉੱਠਣਾ ਸ਼ੁਰੂ ਕੀਤਾ ਕਿ ਮੈਂ ਆਪਣਾ ਜਿਹੜਾ ਰਿਆਜ਼ ਕਿਉਂਕਿ ਦਿਨ 'ਚ ਆਪਾਂ ਬਿਜ਼ੀ ਹੋ ਜਾਂਦੇ ਹਾਂ ਸਵੇਰੇ ਉੱਠ ਕੇ ਆਪਾਂ ਰਿਆਜ਼ ਕਰ ਸਕਦੇ ਹਾਂ ਔਰ ਪੱਕਾ ਮੈਨੂੰ ਹਾਂ ਰਿਆਜ਼ ਕਰਨਾ ਤਾਂ ਕਰਨਾ ਤੁਹਾਡੇ ਕਿੰਨੇ ਕਲਾਕਾਰਾਂ ਨੇ ਹੁਣ ਤੱਕ ਗੀਤ ਗਾਏ ਆ ਵੈਸੇ ਧਾਰਮਿਕ ਤਾਂ ਗਾਏ ਆ ਬਟ ਜੋ ਕਮਰਸ਼ੀਅਲ ਇਹਨਾਂ ਨੇ ਗਾਇਆ ਦੋ ਤਿੰਨ ਗੀਤ ਜਾਂ ਕੁਛ ਮਾਤਾ ਦੀਆਂ ਭੇਟਾਂ ਸੀਗੀਆਂ ਅੱਛਾ ਕਮਰਸ਼ੀਅਲ ਜਿਹੜੇ ਵਪਾਰਕ ਬਿਰਤੀ ਵਾਲਾ ਕਿਹੜਾ ਗਾਣਾ ਇਹਨਾਂ ਨੇ ਗਾਇਆ ਤੁਹਾਡਾ ਉਹ ਸੀਗਾ ਮੇਰੀ ਜਾਨ ਇੱਕ ਬੇਪਰਵਾਹੀਆਂ ਦੁਗਾਣੇ ਦੁਗਾਣੇ ਜੀ ਨਹੀਂ ਸੋਲੋ ਸੀ ਸੋਲੋ ਟ੍ਰੈਕ ਸੀਗੇ ਜੀ ਬੇਪਰਵਾਹੀਆਂ ਤਾਂ ਮੈਂ ਦੱਸਿਆ ਤੁਹਾਨੂੰ ਪਹਿਲਾਂ ਘਰ ਵਾਲੇ ਦਾ ਗਾਣਾ ਹੀ ਆਉਣ ਦਿਓ ਫਿਰ ਬਾਣੀ ਫਿਰਦਾ ਜੱਟੀ ਦਾ ਕਿੰਜ ਪਰਦਾ ਨਹੀਂ ਅੱਦ ਦਾ ਸ਼ੁਕੀਨ ਗੱਭਰੂ ਬਾਣੀ ਫਿਰਦਾ ਜੱਟੀ ਦਾ ਕਿੰਜ ਪਰਦਾ ਨਹੀਂ ਅੱਦ ਦਾ ਸ਼ੁਕੀਨ ਗੱਭਰੂ ਕਹਿੰਦੇ ਲੁੱਕ ਤੇ ਕਮੈਂਟ ਬੜੇ ਕਰਦਾ ਨਹੀਂ ਅੱਦ ਦਾ ਸ਼ੁਕੀਨ ਗੱਭਰੂ ਬਹੁਤ ਸੋਹਣਾ ਮਿਲ ਕੇ ਗਾ ਰਹੇ ਕਿਹੜਾ ਗਾਣਾ ਸੀ ਹਾਂਜੀ ਫੇਸਬੁੱਕ ਪੇਜ ਤੇ ਮੇਰੇ ਜਿੰਨੇ ਵੀਡੀਓ ਮੈਂ ਪਾਉਂਦੀ ਹਾਂ ਬਹੁਤ ਅੱਛਾ ਹੁੰਗਾਰਾ ਮਿਲਦਾ ਮੈਨੂੰ ਪਰ ਤੁਸੀਂ ਸੱਚ ਜਾਣੇ ਹੋ ਉਹ ਸਾਰੇ ਵੀਡੀਓ ਤੋਂ ਵੱਧ ਕੇ ਜਿਹੜਾ ਇਹਨਾਂ ਦੇ ਨਾਲ ਇਹਨਾਂ ਨੇ ਮੇਰੇ ਨਾਲ ਗਾਇਆ ਉਹਦਾ ਬਹੁਤ ਹੀ ਜ਼ਿਆਦਾ ਲੋਕਾਂ ਨੇ ਪਿਆਰ ਦਿੱਤਾ ਬਹੁਤ ਹੀ ਜ਼ਿਆਦਾ ਔਰ ਸਰੋਤਿਆਂ ਨੇ ਇਹ ਵੀ ਕਿਹਾ ਕਿ ਤੁਸੀਂ ਜਲਦੀ ਜਲਦੀ ਡਿਊਟ ਗਾਓ ਬਹੁਤ ਹੀ ਪਿਆਰ ਮਿਲਿਆ ਉਹੀ ਤੁਹਾਡੀ ਨਜ਼ਰ ਕਰਦੇ ਹਾਂ ਤੇ ਗਾਓਗੇ ਹਾਂਜੀ ਬਿਲਕੁਲ ਲੋਕਾਂ ਦੇ ਕਹੇ ਮੁਤਾਬਕ ਇਕੱਠੇ ਵੀ ਬਿਲਕੁਲ ਜੀ ਅਸੀਂ ਇਨ ਫਿਊਚਰ ਸਾਡੀ ਪਲੈਨਿੰਗ ਆਵੇ ਅਸੀਂ ਕੁਛ ਅੱਛਾ ਇਦਾਂ ਦਾ ਕਰੀਏ ਅੱਛਾ ਆਉਣ ਦਾ ਟੌਰਸ਼ ਕੀ ਨਹੀਂ ਆਉਣ ਦੇ ਫਿਰ ਹਾਏ ਟੌਰਿਸ਼ ਕੀ ਨਹੀਂ ਲਾਈ ਸੋਹਣਿਓ ਕਿੱਥੇ ਤਿਆਰੀ ਏ ਅਸੀਂ ਚੱਲੇ ਆ ਮੇਲੇ ਤੈਨੂੰ ਕੀ ਬਿਮਾਰੀ ਓ ਮੇਲੇ ਜਾਂਦੀ ਇਹ ਮੁਟਿਆਰੇ ਲੈ ਜਾ ਮੇਲੇ ਨੂੰ ਨਾਲ ਓ ਰਾਤ ਤੇਰਾ ਤੇ
ਓ ਮੇਲੇ ਜਾਂਦੀ ਇਹ ਮੁਟਿਆਰੇ ਲੈ ਜਾ ਮੇਲੇ ਨੂੰ ਨਾਲ ਔਰਾ ਤੇਰਾ ਤੇ ਸਾਡਾ ਕਰੀ ਸੋਚ ਕੇ ਸਵਾਲ ਹੈ ਦੁਨੀਆ ਦੇ ਵਿੱਚ ਟਹੋਰ ਜੀ ਬਣ ਜੂ ਤੇਰੇ ਨਾਂ ਨਾਲ ਨਾ ਜੁੜ ਕੇ ਨੀ ਆਪੇ ਰੋਕ ਲਵਾਂਗੇ ਚਾਹੇ ਪਿੱਛੇ ਵੇਖੀ ਨਾ ਮੁੜ ਕੇ ਨੀ ਆਪੇ ਰੋਕ ਲਵਾਂਗੇ ਚਾਹੇ ਪਿੱਛੇ ਵੇਖੀ ਨਾ ਮੁੜ ਕੇ ਵੇ ਤੂੰ ਹੋਰ ਬੂਹਾ ਮੱਲੇ ਇੱਥੇ ਗੱਲ ਨੀ ਨੀ ਨਾਲ ਹੋ ਮੇਲੇ ਜਾਂਦੀ ਇਹ ਮੁਟਿਆਰੇ ਲੈ ਜਾ ਮੇਲੇ ਨੂੰ ਨਾਲ ਔਰਾ ਤੇਰਾ ਤੇਆ ਸਾਡਾ ਕਰੀ ਸੋਚ ਕੇ ਸਵਾਲ ਨੀ ਮੇਲੇ ਜਾਂਦੀ ਇਹ ਮੁਟਿਆਰੇ ਲੈ ਜਾ ਮੇਲੇ ਨੂੰ ਨਾਲ ਦੁਨੀਆ ਦੇ ਵਿੱਚ ਟੋਰ ਬਣਾਉਂਦਾ ਖੁਦ ਹੀ ਨਾ ਮਿਟ ਜਾਵੀ ਵੇ ਸਾਨੂੰ ਫਿਰ ਬੁਲਾਉਣ ਤੋਂ ਪਹਿਲਾਂ ਸ਼ੀਸ਼ਾ ਤੱਕ ਕੇ ਆਵੀ ਵੇ ਸਾਨੂੰ ਫਿਰ ਬੁਲਾਉਣ ਤੋਂ ਪਹਿਲਾਂ ਸ਼ੀਸ਼ਾ ਤੱਕ ਕੇ ਆਵੀ ਵੇ ਇੰਨਾ ਕੌੜਾ ਨਾ ਬੋਲ ਸੀਨੇ ਅੱਗ ਦੇ ਨਵਾਲ ਔਰਾ ਤੇਰਾ ਤੇਆ ਸਾਡਾ ਕਰੀ ਸੋਚ ਕੇ ਸਵਾਲ ਓ ਮੇਲੇ ਜਾਂਦੀ ਇਹ ਮੁਟਿਆਰੇ ਲੈ ਜਾ ਮੇਲੇ ਨੂੰ ਨਾਲ ਔਰਾ ਤੇਰਾ ਤੇਆ ਸਾਡਾ ਕਰੀ ਸੋਚ ਕੇ ਸਵਾਲ ਵਾਹ ਬਹੁਤ ਖੂਬ ਕਮਾਲ ਕਰਦੀ ਕਮਾਲ ਕਰਦੀ ਥੈਂਕ ਯੂ ਸਰ ਥੈਂਕ ਯੂ ਅੱਛਾ ਜੋੜ ਮੇਲ ਹੈ ਥੈਂਕ ਯੂ ਜੀ ਥੈਂਕ ਯੂ ਮੇਰੇ ਨਾਲ ਇਹ ਵੀ ਰਿਆਜ਼ ਕਰਦੇ ਆ ਅਸੀਂ ਦੋਨੋਂ ਹੀ ਰਿਆਜ਼ ਕਰਦੇ ਹਾਂ ਵੈਸੇ ਇਹ ਵੀਡੀਓ ਪਾਉਣ ਤੋਂ ਬਾਅਦ ਹੀ ਤੁਸੀਂ ਇਹ ਫੈਸਲਾ ਕੀਤਾ ਕਿ ਹੁਣ ਅੱਗੇ ਭਵਿੱਖ ਦੇ ਵਿੱਚ ਇਕੱਠੇ ਗਾਉਂਗੇ ਜਾਂ ਇਸ ਤੋਂ ਪਹਿਲਾਂ ਵੀ ਕਦੇ ਮੈਂ ਇਹਨਾਂ ਨੂੰ ਘੱਟ ਤੋਂ ਘੱਟ 4-5 ਸਾਲ ਹੋ ਗਏ ਮੈਨੂੰ ਕਹਿੰਦੀ ਨੂੰ ਇਹਨਾਂ ਹਾਂ ਪਰ ਹੁਣ ਥੋੜਾ ਜਿਹਾ ਮੇਰੀ ਗੱਲ ਮੰਨੀ ਇਹਨਾਂ ਨੇ ਨਹੀਂ ਤਾਂ ਕਹਿੰਦੇ ਸੀ ਨਹੀਂ ਪ੍ਰਵੀਨ ਤੂੰ ਗਾ ਬਸ ਅਸਲ ਵਿੱਚ ਗੱਲ ਇਦਾਂ ਨਾ ਜੀ ਇਹ ਸੀਰੀਅਸਲੀ ਮੈਂ ਇਦਾਂ ਨਹੀਂ ਵੀ ਜਾਂ ਵਾਈਫ ਨੇ ਇਹ ਸੁਰੀਲੇ ਬਹੁਤ ਨੇ ਇਹਨਾਂ ਨਾਲ ਗਾਉਣਾ ਵੈਸੇ ਕੋਈ ਓ ਮਾਈ ਗੋਡ ਥੈਂਕ ਯੂ ਸੀਰੀਅਸ ਮੈਂ ਐਜ਼ ਏ ਇੱਕ ਸਰੋਤਾ ਵੀ ਜਾਂ ਥੋੜਾ ਬਹੁਤਾ ਜੇ ਸਮਝਦਾ ਸੁਰ ਨੂੰ ਤਾਂ ਮੇਰੇ ਮੁਤਾਬਕ ਬਹੁਤ ਜ਼ਿਆਦਾ ਸੁਰੀਲੇ ਨੇ ਮੇਰੇ ਲਈ ਗਾਉਣਾ ਇਹਨਾਂ ਦੇ ਨਾਲ ਬਹੁਤ ਵੱਡੀ ਗੱਲ ਤੁਹਾਡੇ ਨਾਲ ਮੇਰਾ ਤੁਹਾਡੇ ਨਾਲ ਗਾਣਾ ਮੇਰੇ ਲਈ ਬਹੁਤ ਵੱਡੀ ਗੱਲ ਆ ਉਹ ਤਾਂ ਚਲੋ ਆਪਾਂ ਕੀ ਬਾਤ ਹੈ ਇੱਕ ਦੂਜੇ ਦੀਆਂ ਸਿਫਤਾਂ ਕਰਦੇ ਮੈਂ ਪਹਿਲੀ ਵਾਰੀ ਦੇਖਿਆ ਇੰਨੀਆਂ ਸਿਫਤਾਂ ਇਹ ਕੱਲੀਆਂ ਕੈਮਰੇ ਅੱਗੇ ਹੋ ਰਹੀਆਂ ਕਿ ਘਰੇ ਵੀ ਹੁੰਦੀਆਂ ਨੇ ਸੱਚੀਆਂ ਗੱਲਾਂ ਬਿਲਕੁਲ ਨਹੀਂ ਗਾਣੇ ਦੀ ਮੈਂ ਦਿਲੋਂ ਰਿਸਪੈਕਟ ਕਰਦਾ ਪ੍ਰਵੀਨ ਜੀ ਦੇ ਗਾਣੇ ਜਿਹੜੀ ਸੱਚੀ ਗੱਲ ਹੁੰਦੀ ਆ ਨਾ ਉਹ ਤੁਰ ਅੰਦਰ ਤੱਕ ਪਹੁੰਚ ਜਾਂਦੀ ਆ ਤੇ ਜਿਹੜੀ ਬਨਾਵਟੀ ਹੁੰਦੀ ਉਹ ਉੱਪਰ ਹੀ ਰਹਿ ਜਾਂਦੀ ਆ ਇਹ 'ਚ ਕੋਈ ਸ਼ੱਕ ਨਹੀਂ ਮੈਨੂੰ ਜ਼ਿਆਦਾ ਉੱਚਾ ਨਾ ਬੋਲਿਓ ਮੈਨੂੰ ਉੱਚਾ ਮਤਲਬ ਮੇਰੇ ਕੋਲ ਨਾ ਕੋਈ ਉੱਚਾ ਬੋਲੇ ਮੈਨੂੰ ਅੱਛਾ ਨਹੀਂ ਲੱਗਦਾ ਮੈਂ ਵੀ ਹੌਲੀ ਗੱਲ ਕਰਦੀ ਹਾਂ ਤੇ ਮੈਨੂੰ ਇਹ ਹੁੰਦਾ ਕਿ ਮੇਰੇ ਨਾਲ ਹੌਲੀ ਗੱਲ ਕਰੇ ਕੋਈ ਜ਼ਿਆਦਾ ਨਹੀਂ ਇਹਨਾਂ ਨੂੰ ਆਦਤ ਆ ਉੱਚੀ ਬੋਲਣ ਦੀ ਫਿਰ ਮੈਂ ਕਹਿੰਦਾ ਇੱਕ ਦੂਸਰੀ ਗੱਲ ਇਹ ਆ ਕਿ ਰਿਆਜ਼ ਦੇ ਪੱਖ 'ਚ ਹੁੰਦੀ ਆ ਸਾਡੀ ਲੜਾਈ ਇਹਨਾਂ ਨੇ ਕਹਿਣਾ ਅੱਜ ਇਹਨਾਂ ਨੇ ਟਾਈਮਿੰਗ ਦੇਖੀ ਹੁੰਦੀ ਆ ਪੂਰੀ ਹਰਮੋਨੀਅਮ ਇਹਨਾਂ ਦੇ ਹੱਥ 'ਚ ਹੁੰਦਾ ਅਤੇ ਮੈਂ ਕਈ ਵੇਲੇ ਕਹਿੰਦਾ ਨਹੀਂ ਇੰਨਾ ਟਾਈਮ ਹੋ ਗਿਆ ਨਹੀਂ ਇਹ ਕਹਿੰਦੇ ਆ ਮੈਂ ਟਾਈਮ ਦੇਖਿਆ ਹੋਇਆ ਸੀ ਤੂੰ ਘੱਟ ਕੀਤਾ ਰਿਆਜ਼ ਅੱਛਾ ਫਿਰ ਇਸ ਗੱਲ 'ਤੇ ਵੀ ਹੋ ਜਾਂਦੀ ਆ ਹਾਂ ਚਲੋ ਇਹ ਤਾਂ ਚੰਗੀਆਂ ਗੱਲਾਂ 'ਤੇ ਹੁੰਦੀਆਂ ਬਿਲਕੁਲ ਬਿਲਕੁਲ ਉਦਾਂ ਨਹੀਂ ਕੋਈ ਬਾਲਾ ਫੋੜਾ ਫੋੜਾ ਨਹੀਂ ਖੜਕਦਾ ਨਹੀਂ ਮਾਲਕ ਦੀ ਕਿਰਪਾ ਮਾਲਕ ਦੀ ਬਹੁਤ ਜ਼ਿਆਦਾ ਕਿਰਪਾ ਇਸ ਚੀਜ਼ ਦੇ ਵਿੱਚ ਹਾਂ ਇਸ ਤਰ੍ਹਾਂ ਦਾ ਕਦੇ ਨਹੀਂ ਹੋਇਆ ਕਦੇ ਨਹੀਂ ਹੋਇਆ ਔਰ ਮੈਂ ਕਹਿੰਦੀ ਹਾਂ ਮਾਲਕ ਕਰੇ ਕਿ ਮੈਂ ਇੱਦਾਂ ਸਾਡੇ 'ਚ ਕਦੇ ਨਾ ਹੋਵੇ ਕਿਉਂਕਿ ਮੈਂ ਤਾਂ ਇਹਨਾਂ ਤੋਂ ਬਿਨਾਂ ਕੁਛ ਵੀ ਨਹੀਂ ਹੈਗੀ ਤੁਹਾਨੂੰ ਸੱਚੀ ਦੱਸਾਂ ਇਹਦੇ ਵਰਗੀ ਰੀਸ ਕੋਈ ਨਹੀਂ ਤੁਸੀਂ ਮੈਨੂੰ ਦੇਖਿਆ ਹਨਾ ਮੇਰੀਆਂ ਪ੍ਰੋਬਲਮ ਦਾ ਮੇਰੀਆਂ ਮਜਬੂਰੀਆਂ ਦਾ ਤੁਹਾਨੂੰ ਸਾਰਾ ਤੁਹਾਡੇ ਅੱਗੇ ਹੀ ਹੈ ਨਾ ਮਤਲਬ ਮੈਂ ਇਹਨਾਂ ਤੋਂ ਬਿਨਾਂ ਨਹੀਂ ਮੇਰੇ ਲਈ ਤਾਂ ਔਖਾ ਹੈ ਬਹੁਤ ਮੈਨੂੰ ਤਾਂ ਬੜਾ ਚੰਗਾ ਲੱਗਾ ਜਦੋਂ ਤੁਸੀਂ ਦਫ਼ਤਰ ਦੇ ਵਿੱਚ ਵੜੇ ਨਾ ਦੋਵਾਂ ਨੇ ਇੱਕ ਦੂਜੇ ਦਾ ਹੱਥ ਫੜਿਆ ਮੈਂ ਕਿਤੇ ਸਵਰਿਆ ਰਾਏ ਤੇ ਅਭਿਸ਼ੇਕ ਬੱਚਨ ਚੱਲੇ ਦੇਖੋ ਹਮੇਸ਼ਾ ਆਪਾਂ ਇਹ ਸੁਣਦੇ ਆ ਕਿ ਇੱਕ ਕਾਮਯਾਬ ਬੰਦੇ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਪਰ ਉਹਦੇ ਨਾਲ ਹੀ ਇੱਕ ਕਾਮਯਾਬ ਔਰਤ ਦੇ ਪਿੱਛੇ ਵੀ ਇੱਕ ਬੰਦੇ ਦਾ ਹੱਥ ਜ਼ਰੂਰ ਹੁੰਦਾ ਹੈ ਚਾਹੇ ਫਿਰ ਉਹਦਾ ਹਮਸਫ਼ਰ ਹੋਏ ਉਹਦਾ ਬਾਪ ਹੋਏ ਉਹਦਾ ਭਰਾ ਹੋਏ ਜਾਂ ਕੋਈ ਵੀ ਹੋਏ ਇੱਕ ਬੰਦਾ ਜ਼ਰੂਰ ਹੁੰਦਾ ਮਗਰ ਸੋ ਇਹ ਗੱਲਾਂ ਜਿਹੜੀਆਂ ਉਹ ਅੱਜ ਆਪਾਂ ਦੇਖ ਹੀ ਰਹੇ ਹਾਂ ਕਿ ਸੱਚ ਸਾਬਤ ਨੇ ਪਹਿਲਾਂ ਤੁਹਾਡੇ ਪਿਤਾ ਜੀ ਤੇ ਹੁਣ ਤੁਹਾਡੇ ਪਤੀ ਦੇਵ ਇਹ ਨਾਲ ਨੇ ਤੁਹਾਡੇ ਇਸੇ ਲਈ ਚੜਾਈ ਮੈਂ ਤਾਂ ਜੀ ਇੱਕ ਇੱਕ ਪੈਰ ਵੀ ਨਹੀਂ ਪੁੱਟ ਸਕਦੀ ਇਹਨਾਂ ਤੋਂ ਬਿਨਾਂ ਇੱਕ ਪੈਰ ਵੀ ਜਿਹਨੂੰ ਕਹਿੰਦੇ ਆ ਔਰ ਇਹ ਗੱਲ ਮੇਰੇ ਜਿਹੜੇ ਜਿੰਨੇ ਵੀ ਮੇਰੇ ਕਲੋਜ਼ ਆ ਮੈਨੂੰ ਨੇੜੇ ਤੋਂ ਜਾਣਦੇ ਆ
ਉਹਨਾਂ ਨੂੰ ਸਾਰਿਆਂ ਨੂੰ ਪਤਾ ਇਸ ਗੱਲ ਦਾ ਕਿ ਸ਼ਰਨ ਬਹੁਤ ਅੱਛੇ ਆ, ਬਹੁਤ ਜ਼ਿਆਦਾ ਸਤਿਕਾਰ ਵੀ ਕਰਦੇ ਆ, ਕਿਉਂਕਿ ਪਿਆਰ ਤਾਂ ਕਰ ਲੈਂਦੇ ਆ ਲੋਕ, ਪਰ ਉਹਦੇ ਵਿੱਚ ਸਤਿਕਾਰ ਬਹੁਤ ਵੱਡੀ ਚੀਜ਼ ਹੁੰਦੀ ਆ। ਹਾਂਜੀ, ਉਹ ਪਿਆਰ ਤਾਂ ਹੋ ਜਾਂਦਾ, ਦੁੱਧ ਦੇ ਉਬਾਲ ਵਰਗਾ ਹੁੰਦਾ, ਨਿਭਣਾ ਔਖਾ ਹੁੰਦਾ। ਬਿਲਕੁਲ, ਪਤਾ ਕੀ ਆ, ਸਾਡੇ ਵਿਆਹ ਨੂੰ ਹੁਣ ਦੇਖੋ ਜੀ 9 ਸਾਲ ਹੋ ਗਏ, 8-9 ਸਾਲ, ਤੇ ਇੰਨੇ ਸਾਲਾਂ 'ਚ ਤਾਂ ਫਿਰ ਬਹੁਤ ਕੁਛ ਹੋ ਜਾਂਦਾ ਜੇ ਹੋਣਾ ਹੋਵੇ। ਬਿਲਕੁਲ ਸਹੀ, ਤੇ ਸਾਨੂੰ ਏਦਾਂ ਲੱਗਦਾ ਹੁੰਦਾ ਕਿ ਨਹੀਂ, ਮਾਲਕ ਨੇ ਸਾਨੂੰ ਇੱਕ ਦੂਸਰੇ ਨਾਲ ਮਿਲਾਇਆ, ਇਕੱਠੇ ਕੀਤਾ, ਅਸੀਂ ਸ਼ੁਕਰ ਕਰਦੇ ਹਾਂ। ਬਹੁਤ ਖੂਬ, ਇਹ ਸੱਚ ਆ, ਬਿਲਕੁਲ 1% ਵੀ ਝੂਠ ਨਹੀਂ। ਮੈਂ ਮੰਨ ਗਿਆ ਬਈ, ਅਸੀਂ ਤਾਂ ਮੰਨ ਗਏ, ਅਸੀਂ ਤਾਂ ਬਈ ਤੁਸੀਂ ਮੰਨੇ ਪਏ ਸੀ, ਸ਼ੱਕ ਕੀਤਾ ਨਾ, ਮੈਂ ਤਾਂ ਗਿਆ ਤੁਹਾਨੂੰ ਸ਼ੱਕ ਨਹੀਂ ਕੀਤਾ, ਅਸੀਂ ਸਵਾਲ ਕੀਤਾ। ਆਏ, ਪਰ ਤੁਹਾਡੀ ਜੋੜੀ ਸਲਾਮਤ ਰਹੇ, ਚੜ੍ਹਦੀ ਕਲਾ ਚ ਰਹੇ, ਲੰਮੀ ਜ਼ਿੰਦਗੀ ਮਾਣੋ ਤੁਸੀਂ, ਤੇ ਬਸ ਸਵਾਦ ਗੜੂੰਦ ਹੋਏ ਰਹੋ, ਇਹਦੀ ਕਾਮਨਾ ਕਰਦੇ ਆ। ਥੈਂਕ ਯੂ ਜੀ। ਤੇ ਆਪਾਂ ਟਾਣਾ ਸਾਹਿਬ ਇੱਕ ਗਾਣੇ ਦੇ ਹੋਰ ਬੋਲ ਸੁਣ ਲਈਏ, ਫਿਰ ਵਕਫਾ ਲੈਣਾ ਆਪਾਂ ਬਾਅਦ। ਲਓ ਲਓ ਜੀ, ਗਾਣੇ ਦੇ ਬੋਲ ਜੀ, ਦੋਵਾਂ ਦੇ ਵੱਲੋਂ ਆਉਣ ਦਿਓ। ਉਹ ਚੱਲੇ 10 ਟੈਰੀ ਸਾਡੀ ਮਾਰੋ ਮਹਾਰਨੀ, ਹੁੰਦਾ ਮਿੱਤਰਾਂ ਦਾ ਰਾਖਾ ਕਰ ਤਾਰਨੀ। ਚੱਲੇ 10 ਟੈਰੀ ਸਾਡੀ ਮਾਰੋ ਮਹਾਰਨੀ, ਹੁੰਦਾ ਮਿੱਤਰਾਂ ਦਾ ਰਾਖਾ ਕਰ ਤਾਰਨੀ। ਜਾਵੇ ਲੰਮਿਆਂ ਰੁੱਟਾਂ ਦੇ ਧੂੜਾਂ ਪੱਟਦੀ ਨੀ, ਕਰੂ ਕਿਹੜਾ ਰੀਸ ਯਾਰਦੀ। ਤੇਰੇ ਲੱਕ ਵਾਂਗੂ ਜਾਵੇ ਜੀਟੀ ਰੋਡ ਤੇ ਨੀ, ਐਲ ਪੀ ਹੁਲਾਰੇ ਮਾਰਦੀ। ਤੇਰੇ ਲੱਕ ਵਾਂਗੂ ਜਾਵੇ ਜੀਟੀ ਰੋਡ ਤੇ ਨੀ, ਐਲ ਪੀ ਹੁਲਾਰੇ ਮਾਰਦੀ। ਇਹਨੂੰ ਸੋਕਣੇ ਕਹਾ ਕੇ ਰੁਜ਼ਕ ਹਾਰਵੇ, ਜਿਹੜੀ ਆ ਗਈ ਸਾਡੇ ਦੋਹਾਂ ਵਿੱਚ ਕਾਰਵੇ। ਇਹਨੂੰ ਸੋਕਣੇ ਕਹਾ ਕੇ ਰੁਜ਼ਕ ਹਾਰਵੇ, ਜਿਹੜੀ ਆ ਗਈ ਸਾਡੇ ਦੋਹਾਂ ਵਿੱਚ ਕਾਰਵੇ। ਦਿਨ ਕੱਟਦੀਆਂ ਕਿੱਦਾਂ ਵੇਖੇ ਹਲਕੇ, ਮੈਂ ਜਿੰਦੇ ਲੂਣ ਵਾਂਗੂ ਖਾਰਦੀ। ਮਾਹੀ ਘਰ ਹੋਵੇ ਤੀਆਂ ਰਹਿਣ ਲੱਗੀਆਂ ਵੇ, ਜ਼ਿੰਦਗੀ ਕੀ ਕੱਲੀ ਨਾ ਹਾਰਦੀ। ਮਾਹੀ ਘਰ ਹੋਵੇ ਤੀਆਂ ਰਹਿਣ ਲੱਗੀਆਂ ਵੇ, ਜ਼ਿੰਦਗੀ ਕੀ ਕੱਲੀ ਨਾ ਹਾਰਦੀ। ਹੋ ਰੁੱਖ ਸੜਕਾਂ ਤੇ ਖੜੇ ਚੰਗੇ ਲੱਗਦੇ, ਜਦੋਂ ਗਿਣ ਗਿਣ ਵਾਟਾਂ ਜਾਈਏ ਵੱਢਦੇ। ਰੁੱਖ ਸੜਕਾਂ ਤੇ ਖੜੇ ਚੰਗੇ ਲੱਗਦੇ, ਜਦੋਂ ਗਿਣ ਗਿਣ ਵਾਟਾਂ ਜਾਈਏ ਵੱਢਦੇ। ਫੇਰ ਢਾਬਿਆਂ ਤੇ ਗੱਲ ਛੇੜ ਲਈ ਦੀ ਨੀ, ਤੇਰੇ ਹਾਰ ਤੇ ਸ਼ਿੰਗਾਰ ਦੀ। ਤੇਰੇ ਲੱਕ ਵਾਂਗੂ ਜਾਵੇ ਜੀਟੀ ਰੋਡ ਤੇ ਨੀ, ਐਲ ਪੀ ਹੁਲਾਰੇ ਮਾਰਦੀ। ਤੇਰੇ ਲੱਕ ਵਾਂਗੂ ਜਾਵੇ ਜੀਡੀ ਰੋਡ ਤੇ ਨੀ, ਐਲ ਪੀ ਹੁਲਾਰੇ ਮਾਰਦੀ। ਲੰਘ ਚੱਲੀ ਫੇਰੇ ਐਤਕੀ ਦੀਵਾਲੀ ਵੇ, ਕਿੱਥੇ ਜਾ ਕੇ ਨਵੀਂ ਦੁਨੀਆ ਬਸਾਉਣੀ ਵੇ। ਲੰਘ ਚੱਲੀ ਫੇਰੇ ਐਤਕੀ ਦੀਵਾਲੀ ਵੇ, ਕਿੱਥੇ ਜਾ ਕੇ ਨਵੀਂ ਦੁਨੀਆ ਬਸਾਉਣੀ ਵੇ। ਰਾਂਝੇ ਹੱਥ ਨੱਚੇ ਆਣਾ ਕਦੋਂ ਮੁੜ ਕੇ, ਮੈਂ ਭੁੱਖੀ ਚੱਲਾਂ ਤੇਰੇ ਪਿਆਰ ਦੀ। ਮਾਹੀ ਘਰ ਹੋਵੇ ਤੀਆਂ ਰਹਿਣ ਲੱਗੀਆਂ ਵੇ, ਜ਼ਿੰਦਗੀ ਕੀ ਕੱਲੀ ਨਹਾਰਦੀ। ਮਾਹੀ ਘਰ ਹੋਵੇ ਤੀਆਂ ਰਹਿਣ ਲੱਗੀਆਂ ਵੇ, ਜ਼ਿੰਦਗੀ ਕੀ ਕੱਲੀ ਨਹਾਰਦੀ। ਵਾਹ, ਕੀ ਬਾਤ ਆ, ਬਹੁਤ ਖੂਬ, ਹੌਲੀ ਹੌਲੀ ਦੋਨੋਂ ਜਾਣੇ ਮਿੱਠਾ ਮਿੱਠਾ ਗਾਉਂਦੇ ਹੋ, ਥੋੜਾ ਥੋੜਾ ਮੂੰਹ ਖੋਲ ਕੇ ਬੜਾ ਪਿਆਰਾ ਜਿਹਾ ਗੀਤ ਪੇਸ਼ ਕਰਦੇ ਹੋ। ਮੇਰਾ ਇੱਕ ਜਾਣਕਾਰ ਆ, ਉਹ ਵੀ ਕਲਾਕਾਰ ਆ, ਸਵਾਗਤ ਹੈ ਜੀ ਚੱਜ ਦਾ ਵਿਚਾਰ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਹਿਣਾ ਤੇ ਸਾਡੇ ਦੋਵਾਂ ਨਾਲ ਮੌਜੂਦ ਨੇ ਪ੍ਰਵੀਨ ਪਾਠਾ ਜੀ ਤੇ ਨਾਲ ਗੁਰਸ਼ਰਨ ਜੀ। ਸੋ ਹੁਣ ਗੱਲਾਂ ਬਾਤਾਂ ਅੱਗੇ ਵਧਾਉਂਦੇ ਆ। ਜਦੋਂ ਕਿਤੇ ਕਿਸੇ ਹੋਰ ਦੇ ਨਾਲ ਗਾਣਾ ਗਾਉਣਾ ਹੁੰਦਾ, ਉਹਦੇ ਲਈ ਤੁਹਾਨੂੰ ਬਹੁਤ ਕੁਛ ਮੈਨੇਜ ਵੀ ਕਰਨਾ ਪੈਂਦਾ, ਘਰ ਦੇ ਤੌਰ ਦੇ ਉੱਪਰ, ਲੋਕਾਂ ਦੇ ਤੌਰ ਦੇ ਉੱਪਰ। ਕਦੇ ਤੁਹਾਡੇ ਅੱਗੇ ਇਹੋ ਜਿਹੀ ਕੋਈ ਸਿਚੁਏਸ਼ਨ ਸਾਹਮਣੇ ਆਈ ਹੋਵੇ ਕਿ ਤੁਹਾਡੇ ਲਈ ਮੈਨੇਜ ਕਰਨਾ ਔਖਾ ਹੋਇਆ ਹੋਵੇ, ਜਾਂ ਲੋਕਾਂ ਨੇ ਕੋਈ ਇਸ ਤਰ੍ਹਾਂ ਦੇ ਸਵਾਲ ਤੁਹਾਡੇ ਅੱਗੇ ਰੱਖ ਦਿੱਤੇ ਹੋਣ ਜਿਹਦੇ ਤੋਂ ਤੁਹਾਡਾ ਮਨ ਥੋੜ੍ਹਾ ਦੁਖਿਆ ਹੋਵੇ, ਵੀ ਐਵੇਂ ਕਿਉਂ ਸੋਚਦੇ ਨੇ? ਸਵਾਲ ਕਿਤੇ ਰੱਖਿਓ, ਮੈਂ ਮਾੜੀ ਜਿਹਾ ਨੂੰ ਟਿੱਪਣੀ ਕਰਨੀ ਆ ਜੀ। ਪਿਛਲੇ ਕੁਝ ਕੁ ਹਫ਼ਤਿਆਂ ਤੋਂ ਤੁਸੀਂ ਅੰਗਰੇਜ਼ੀ ਦੀ ਘੁਸਪੈਠ ਬਹੁਤ ਕਰਾਉਣ ਲੱਗ ਪਏ। ਮਾਫੀ ਚਾਹੁੰਦੀ ਹਾਂ। ਸਿਚੁਏਸ਼ਨ ਐ ਹੈ, ਮੈਨੇਜ ਐ ਹੈ, ਹਾਲਾਤ ਅੱਗੇ ਵਾਲਾ ਜਿਹੜਾ ਕੋਈ ਵੀ ਆ, ਉਹ ਵੀ ਸਾਨੂੰ ਇੱਜ਼ਤ ਦਿੰਦਾ।
हाँ जी कदी ऐदा नहीं भी किसी ने कुछ रोंग सवाल क्वेश्चन पुट करता हो ऐदा दा नहीं कदी वा हाँ एक शो सीगा साडा उत्थे लुधियाने जी उत्थे एक वह भी जिदा ला लो भी साढ़े तो पहला जिहड़े बहुत अच्छे नामी कलाकार ने ओह भाजी ते कहिंदे वी इन्हां तों बाद स्टेज जमणी बड़ी औखी आ ऐदा दा जरूर उन्होंने टेढ़ा जिहा सवाल कीता सी भी इन्हां तों बाद तां कोई रियाजी कलाकारी स्टेज नूं बनदा गा अच्छा जी हाँ उदों थोड़ा जिहा ऐदा होया बट कदी रिकॉर्डिंग टाइम नहीं ऐदा नहीं इह तां बहुत छोटी जिही गल आ इहदे नालों वड्डियां गल्लां तां सानूं कह जांदे आ साडी पिठ पिछे होंदियां रहिंदियां जी आपां कदे ਪਿੱਠ ਪਿੱਛੇ ਤਾਂ ਸਾਰਿਆਂ ਦੇ ਹੁੰਦੇ ਨਹੀਂ ਉਹਨਾਂ ਨੇ ਤਾਂ ਆ ਕੇ ਇਹਨਾਂ ਦੇ ਮੂੰਹ ਤੇ ਕਹਿਤਾ ਸੀ ਨਾ ਅੱਛਾ ਪ੍ਰਵੀਨ ਜੀ ਨੂੰ ਵਧੀਆ ਗੱਲ ਆ ਜੰਮਣ ਦੇਣਾ ਹੀ ਨਹੀਂ ਆਪਾਂ ਫਿਰ ਤੁਸੀਂ ਨਹੀਂ ਜਵਾਬ ਆਪਣਾ ਜਿਹੜਾ ਆ ਉਹ ਫਿਰ ਗਾਇਕੀ ਦੇ ਨਾਲ ਫਿਰ ਉੱਥੇ ਲੋਕਾਂ ਨੂੰ ਬਿਲਕੁਲ ਮੈਂ ਇਹੀ ਕਹਿਣਾ ਚਾਹੁੰਦੀ ਸੀ ਪਤਾ ਕੀ ਹੁੰਦਾ ਕੋਈ ਵੀ ਸਿੰਗਰ ਆ ਤੁਸੀਂ ਕਿਸੇ ਦਾ ਮੁਕਾਬਲਾ ਨਹੀਂ ਕਰ ਸਕਦੇ ਤੁਸੀਂ ਕੋਈ ਵੀ ਆਪਣੀ ਆਪਣੀ ਜਗ੍ਹਾ ਹੁੰਦੀ ਆਪਣਾ ਆਪਣਾ ਗਾਣਾ ਹੁੰਦਾ ਸਾਰਿਆਂ ਦਾ ਹਨਾ ਤੇ ਕਿਸੇ ਦੇ ਨਾਲ ਤੁਸੀਂ ਆਪਣੇ ਆਪ ਨੂੰ ਕੰਪੇਅਰ ਨਹੀਂ ਕਰ ਸਕਦੇ ਬਿਲਕੁਲ ਸਹੀ ਤੇ ਮੈਂ ਬਸ ਜਿੰਨਾ ਕੁ ਮੈਨੂੰ ਰੱਬ ਨੇ ਦਿੱਤਾ ਹੋਇਆ ਆ रुझान बदल गया कैसेट जिहड़ी अठा गीतां दी सारी दे सारे च दुगाने दस दुगाने हुण फिर गल खत्म जे हो गई कैसेट तो वैसे खत्म हो गई हुण अकेरा गीत आउंदा वह भी कदे कदाई आउंदा जिहदे कोल बाले पैसे छेती आ जांदा तुहानूं इह नहीं लगदा भी इह पिंड सुन्ना जिहा हो गया वह सुन जी नहीं पसरी लगदी भी हुण तां जिहदे कोल पैसे उहदा गाणा आऊगा उहदा किसे नूं मौका नहीं मिलना बिल्कुल जी बिल्कुल वैसे माहौल तां चेंज हुंदा आ रिहा पहलां तों ही हैना ते ड्यूट दा भी आ जाएगा चल भी रिहा हुण ड्यूट दा अच्छा दौर चल रिहा ते बाकी उह भी तुहाडी गल सही आ कि पहलां वर्गा कम नहीं है ਤੇ ਤੁਹਾਡੇ ਨਾਲ ਸੰਪਰਕ ਕਰਦੇ ਕਲਾਕਾਰ ਹੁਣ ਵੀ ਭਾਈ ਆਪਾਂ ਗਾਉਣਾ ਤੁਹਾਡੇ ਨਾਲ ਦੁਗਾਣਾ ਹਾਂਜੀ ਹਾਂਜੀ ਬਹੁਤ ਅੱਛਾ ਮੈਂ ਤੁਹਾਨੂੰ ਸੱਚੀ ਦੱਸਾਂ ਮੈਂ ਥੋੜੇ ਕੁਝ ਟਾਈਮ ਤੋਂ ਗਾਣੇ ਨੂੰ ਆਪਣਾ ਫੁੱਲ ਟਾਈਮ ਦੇਣ ਲੱਗੀ ਆ ਅੱਛਾ ਔਰ ਮੈਨੂੰ ਕੰਮ ਵੀ ਬਹੁਤ ਅੱਛਾ ਮਿਲ ਰਿਹਾ ਔਰ ਹਰਪ੍ਰੀਤ ਮਾਂਗੜ ਦੇ ਨਾਲ ਅੱਖਾਂ ਨੀਲੀਆਂ 2 ਆ ਰਿਹਾ ਅੱਛਾ ਰਿੱਕੀ ਖਾਨ ਜੀ ਦਾ ਬਹੁਤ ਪਿਆਰਾ ਸੌਂਗ ਮੈਂ ਕੀਤਾ ਗਗਨ ਥਿੰਦ ਨਾਲ ਅੱਛੇ ਅੱਛੇ ਆਫਰ ਆ ਮੇਰੇ ਲਈ ਅੱਛਾ ਕੰਮ ਆ ਔਰ ਅੱਛਾ ਹੀ ਆਏਗਾ ਹੁਣ ਬਹੁਤ ਵਧੀਆ ਮਾਲਕ ਦੀ ਕਿਰਪਾ ਤੇ ਤੁਸੀਂ ਇੰਨਾ ਰਿਆਜ਼ ਕਰਦੇ ਹੋ ਇੰਨੇ ਸੁਰ ਦੇ ਪਰਪੱਕੋ ਪਰ ਅੱਜ ਬਹੁਤ ਸਾਰੇ ਇਹੋ ਜਿਹੇ ਗਾਇਕ ਵੀ ਆਪਾਂ ਗਾਹਿਬ ਗਾਹਿ ਵੇਖ ਲੈਂਦੇ ਆ ਜਿਨ੍ਹਾਂ ਨੂੰ ਸੁਰ ਦੀ ਸਮਝ ਤਾਂ ਨਹੀਂ ਹੁੰਦੀ ਪਰ ਨਾਮ ਕਿਤਨਾ ਕਿਤੇ ਉਹ ਬਣਾ ਲੈਂਦੇ ਨੇ ਫਿਰ ਉਦੋਂ ਮਨ ਤੇ ਕਿੰਨੀ ਕੁ ਸੱਟ ਵੱਜਦੀ ਆ ਵੀ ਅਸੀਂ ਤਾਂ ਰੋਜ਼ ਇੰਨਾ ਰਿਆਜ਼ ਕਰਦੇ ਹਾਂ ਪਰ ਫਿਰ ਵੀ ਜਿਹੜੇ ਦੂਸਰੇ ਬੇਸੁਰੇ ਨੇ ਉਹ ਅੱਗੇ ਹੋ ਗਏ ਤਾਂ ਅਸੀਂ ਪਿੱਛੇ ਰਹਿ ਗਏ ਨਹੀਂ ਇੱਦਾਂ ਨਹੀਂ ਫੀਲ ਹੁੰਦਾ ਮੈਨੂੰ ਇੱਦਾਂ ਹੁੰਦਾ ਕਿ ਜੇ ਕੋਈ ਹਿੱਟ ਹੋਇਆ ਜੇ ਕਿਸੇ ਨੂੰ ਨਹੀਂ ਵੀ ਗਾਣਾ ਆਉਂਦਾ ਪਹਿਲੀ ਗੱਲ ਤਾਂ ਕੋਈ ਐਡੇ ਵੱਡੇ ਅਸੀਂ ਵੀ ਨਹੀਂ ਵੀ ਅਸੀਂ ਬਹੁਤ ਗਾਣਾ ਸਿੱਖਿਆ ਹੋਇਆ ਪਰ ਇੱਦਾਂ ਹੁੰਦਾ ਕਿ ਉਹਦੀ ਕਿਸਮਤ ਆ ਹਰ ਇੱਕ ਬੰਦੇ ਦੀ ਕਿ ਜੇ ਕੋਈ ਫੇਮਸ ਹੋ ਗਿਆ ਉਹਨੂੰ ਗਾਣਾ ਨਹੀਂ ਆਉਂਦਾ ਇਹਦਾ ਮਤਲਬ ਉਹਦੇ ਨਾਲ ਕੋਈ ਤਾਕਤ ਆ ਬਹੁਤ ਵੱਡੀ ਜੋ ਸਾਰਿਆਂ ਦੇ ਨਾਲ ਹੈ ਅਤੇ ਉਹਦੇ ਵਿੱਚ ਮੈਨੂੰ ਮੈਂ ਕਦੇ ਨਹੀਂ ਇੱਦਾਂ ਫੀਲ ਕਰਦੀ ਮੈਨੂੰ ਇੱਦਾਂ ਹੁੰਦਾ ਕੋਈ ਨਹੀਂ ਠੀਕ ਆ ਜੋ ਵੀ ਜੇ ਆਪਣੀ ਕਿਸਮਤ ਦੇ ਨਾਲ ਹਰ ਕੋਈ ਅੱਗੇ ਆਉਂਦਾ ਜੀ ਪਰ ਮੈਨੂੰ ਕਦੇ ਨਹੀਂ ਇੱਦਾਂ ਲੱਗਿਆ ਸੱਚੀ ਮੈਨੂੰ ਕਦੇ ਨਹੀਂ ਇਦਾਂ ਲੱਗਦਾ ਜੇ ਭਵਿੱਖ ਦੇ ਵਿੱਚ ਕੋਈ ਇਹੋ ਜਿਹਾ ਕਹਿ ਲਓ ਮਾਰ ਧਾੜ ਵਾਲਾ ਜਾਂ ਕੋਈ ਇਹੋ ਜਿਹਾ ਗੀਤ ਗਾਉਣ ਦਾ ਮੌਕਾ ਮਿਲੇ ਤੇ ਹਾਲੇ ਵੀ ਉਹੀ ਜਵਾਬ ਰਹੇਗਾ ਵੀ ਨਹੀਂ ਮੈਂ ਉਹੀ ਗੱਲ ਕਰਨਾ ਚਾਹੁੰਦੀ ਹਾਂ ਕਈ ਲੋਕ ਨਾ ਹਜੇ ਵੀ ਮਤਲਬ ਇੱਕ ਕੋਈ ਕਈ ਲੋਕ ਹੁੰਦੇ ਆ ਜਿਹੜੇ ਇੱਦਾਂ ਕਹਿੰਦੇ ਤੁਸੀਂ ਹਰਮੋਨੀਅਮ ਨਾਲ ਨਾ ਗਾਇਆ ਕਰੋ ਵੀ ਹੁਣ ਦੌਰ ਜਿਹੜਾ ਚੱਲਦਾ ਉਦਾਂ ਦਾ ਨਹੀਂ ਮੈਂ ਇੱਕ ਹੀ ਮੇਰਾ ਇੱਕ ਹੀ ਜਵਾਬ ਹੁੰਦਾ ਕਿ ਹਰਮੋਨੀਅਮ ਨਾਲ ਗਾਣਾ ਇਹ ਵੀ ਖੇਡ ਨਹੀਂ ਪਿਆ ਇਹ ਵੀ ਬਿਲਕੁਲ ਸਹੀ ਸਿੱਖਣਾ ਪੈਂਦਾ ਇਹਨੂੰ ਇੱਥੇ ਹੱਥ ਨਹੀਂ ਰੱਖ ਸਕਦਾ ਆਮ ਬੰਦਾ ਜੇ ਤੁਸੀਂ ਸਿੱਖੇ ਹੋਏ ਆ ਸਿੱਖੇ ਅਸੀਂ ਵੀ ਜ਼ਿਆਦਾ ਨਹੀਂ ਸਿੱਖੇ ਮਤਲਬ ਆਪਣੇ ਜੋ ਗੁਜ਼ਾਰੇ ਜੋਗਾ ਹੈ ਪਰ ਉਦੋਂ ਜ਼ਰੂਰ ਦੁੱਖ ਲੱਗਦਾ ਆ ਕਿ ਹੈ ਲੋਕਾਂ ਨੂੰ ਗਾਣੇ ਦਾ ਬਿਲਕੁਲ ਹੀ ਸਮਝ ਨਹੀਂ ਹੈਗੀ ਗਾਣੇ ਦੀ ਅਤੇ ਉਹ ਗਾ ਲੈਂਦੇ ਆ ਉਹ ਕਲਾਕਾਰ ਉਹੀ ਗੱਲ 'ਤੇ ਮੈਂ ਆ ਗਈ ਹਾਂ ਦੁਬਾਰਾ ਗਾ ਲੈਂਦੇ ਆ ਪਰ ਉਹ ਰੂਹ ਤੱਕ ਨਹੀਂ ਉਤਰਦਾ ਜਿਹੜਾ ਰਿਆਜ਼ੀ ਕਲਾਕਾਰ ਆ ਜਿਹੜਾ ਰੋਜ਼ ਦਾ ਰਿਆਜ਼ ਕਰਦਾ ਉਹਦਾ ਗਾਣਾ ਦਿਲ ਤੱਕ ਉਤਰੇਗਾ ਰੂਹ ਤੱਕ ਉਤਰੇਗਾ ਗਾਣਾ ਖੁਸ਼ੀ ਵਾਲਾ ਵੀ ਹੋਏਗਾ ਅੱਖਾਂ ਫਿਰ ਨਮ ਹੁੰਦੀਆਂ ਉਸ ਗਾਣੇ ਜੀ ਉਹ ਹੁੰਦਾ ਵੀ ਇੱਕਦਮ ਪਤਾ ਲੱਗੇ ਬੋਲ ਲੋਕ ਅੰਡਾ ਖੜਾ ਹੋ ਗਿਆ ਉਹ ਆ ਗਾਣਾ ਜੀ ਜਿੱਦਾਂ ਕਿ ਫਿਰੋਜ਼ ਭਾਜੀ ਦੇਖੋ ਬਿਲਕੁਲ ਫਿਰੋਜ਼ ਜੀ ਨੂੰ ਸਲੀਮ ਜੀ ਨੂੰ ਸਰਦੂਲ ਜੀ ਨੂੰ ਕਿਆ ਬਾਤ ਮਤਲਬ ਇੰਨੇ ਇੰਨੇ ਅੱਛੇ ਮੈਂ ਤਾਂ ਸਰਦੂਲ ਜੀ ਵੀ ਚਲੇ ਗਏ ਦੁਨੀਆਂ 'ਚੋਂ ਪਰ ਉਹਨਾਂ ਦਾ ਗਾਣਾ ਤਾਂ ਹਮੇਸ਼ਾ ਰਹੇਗਾ ਮਤੋਈ ਸਾਹਿਬ ਚਲੇ ਗਏ ਅਤੇ ਦਿਲਜਾਨ ਚਲਾ ਗਿਆ ਜੀ ਪਰ ਉਹਨਾਂ ਦਾ ਗਾਣਾ ਜਿਹੜਾ ਉਹ ਇੰਨਾ ਆ ਕਿ ਉਹ ਮਾੜਾ ਨਹੀਂ ਗਾ ਕੇ ਗਏ ਆਪਣੀ ਪਛਾਣ ਪੂਰੀ ਉਹਨਾਂ ਨੂੰ ਰਹਿੰਦੀ ਦੁਨੀਆਂ ਤੱਕ ਕੋਈ ਭੁਲਾਏਗਾ ਨਹੀਂ ਤੇ ਮੇਰੇ ਖਿਆਲ ਨਾਲ ਤਾਂ ਉਹ ਲੋਕ ਜਿਹੜੇ ਗਾ ਲੈਂਦੇ ਆ ਠੀਕ ਆ ਪੈਸਾ ਵੀ ਕਮਾ ਲੈਂਦੇ ਆ ਪਰ ਉਹਨਾਂ ਦੀ ਆਪਣੀ ਰੂਹ ਅਸੀਂ ਤਾਂ ਥੋੜ੍ਹੇ 'ਚ ਵੀ ਰਹਿ ਕੇ
ਸਾਡੀ ਰੂਹ ਤਾਂ ਆਨੰਦਿਤ ਆ ਨਾ ਸਾਡੀ ਰੂਹ ਤਾਂ ਪ੍ਰਸੰਨ ਆ ਨਾ ਉਹ ਬਹੁਤਾ ਕਮਾ ਕੇ ਵੀ ਉਹਨਾਂ ਦੀ ਰੂਹ ਨਹੀਂ ਖੁਸ਼ ਹੋ ਸਕਦੀ ਫਿਰ ਕੀ ਕਰਨਾ ਉਦਾਂ ਦੇ ਗਾਣੇ ਨੂੰ ਬਿਲਕੁਲ ਸਹੀ ਠੀਕ ਆ ਨਾ ਕਿ ਤੁਸੀਂ ਖੁਸ਼ ਨਹੀਂ ਹੈਗੇ ਅੰਦਰੋਂ ਬਹੁਤਾ ਪੈਸਾ ਤੁਹਾਡੇ ਕੋਲ ਬਿਲਕੁਲ ਕੀ ਕਰੇਗਾ ਤੁਹਾਡਾ ਪੈਸਾ ਮੈਂ ਮੰਨਦੀ ਹਾਂ ਇਹ ਗੱਲਾਂ ਕੋਈ ਪੈਸਾ ਵੀ ਜ਼ਰੂਰੀ ਆ ਪਰ ਜੇ ਤੁਸੀਂ ਖੁਸ਼ ਆ ਤਾਂ ਸਾਰਾ ਕੁਝ ਆ ਤੁਹਾਡੇ ਲਈ ਬਿਲਕੁਲ ਸਹੀ ਇੱਕ ਜਾਣਕਾਰੀ ਚ ਮੇਰੀ ਚ ਵਾਅਦਾ ਕਰਿਓ ਵੀ ਜਦੋਂ ਤੁਸੀਂ ਸਰਗਰਮ ਹੋਏ ਮਸ਼ਹੂਰ ਹੋਏ ਉਦੋਂ ਵੀ ਕੁਝ ਕੁ ਕੁੜੀਆਂ ਆ ਅੱਧੀ ਕੁ ਦਰਜਨ ਕੁੜੀਆਂ ਦੇ ਨਾਂ ਚੇਤੇ ਆਉਂਦੇ ਵੀ ਇਕਾਸੀ 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 ਤੁਹਾਡੇ ਤੋਂ ਪਹਿਲਾਂ ਵੀ ਅੱਧੀ ਕੁ ਦਰਜਨ ਗਾਇਕਾਵਾਂ ਦੇ ਨਾਂ ਹੀ ਚੇਤੇ ਆ ਅੱਜ ਵੀ ਅੱਧੀ ਕੁ ਦਰਜਨ ਗਾਇਕਾਵਾਂ ਹੀ ਆ ਕੁੜੀਆਂ ਦੇ ਨੂੰ ਉਹਨੇ ਕਿਉਂ ਨਹੀਂ ਮੌਕੇ ਮਿਲਦੇ ਗੇ ਜਾਂ ਕੁੜੀਆਂ ਗਾਇਕੀ ਦੇ ਪਿੰਡ ਦੇ ਵਿੱਚ ਘੱਟ ਕਿਉਂ ਆਉਂਦੀਆਂ ਮੁੰਡਿਆਂ ਦੇ ਮੁਕਾਬਲੇ ਉਹੀ ਗੱਲ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਪਹਿਲਾਂ ਆਫਟਰ ਮੈਰਿਜ ਕੁੜੀਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਆ ਬਹੁਤ ਪ੍ਰੋਬਲਮ ਆਉਂਦੀ ਹੈ ਨਹੀਂ ਪਰ ਕੁਆਰੀਆਂ ਕੁੜੀਆਂ ਦੀ ਵੀ ਘੱਟ ਆ ਵੀ ਕੁਆਰੀਆਂ ਕੁੜੀਆਂ ਜਿਹੜੀਆਂ ਵਿਆਹ ਤੋਂ ਪਹਿਲਾਂ ਵੀ ਸਰਗਰਮ ਬਹੁਤ ਘੱਟ ਆ ਕੁਝ ਲੋਕ ਇਦਾਂ ਹੁੰਦੇ ਆ ਨਾ ਵੀ ਅੱਛਾ ਨਹੀਂ ਮਿਲਦਾ ਗਾਉਣ ਲਈ ਕੁਛ ਅੱਗੇ ਆਉਣ ਦਾ ਮੌਕਾ ਮੇਰੇ ਖਿਆਲ ਨਾਲ ਕੋਸ਼ਿਸ਼ ਤਾਂ ਹਰ ਕੋਈ ਕਰਦਾ ਕਿ ਮੈਂ ਅੱਗੇ ਜਾਵਾਂ ਪਰ ਮਜਬੂਰੀਆਂ ਹੁੰਦੀਆਂ ਕੋਈ ਨਾ ਕੋਈ ਮਜਬੂਰੀ ਹੁੰਦੀ ਆ ਜਾਂ ਉਹ ਅੱਗੇ ਨਹੀਂ ਆ ਸਕਦੇ ਜਾਂ ਕੋਈ ਮਨੀ ਪ੍ਰੋਬਲਮ ਲਾ ਲਓ ਜਾਂ ਕੋਈ ਹੋਰ ਪ੍ਰੋਬਲਮ ਜੀ ਜੋ ਲੋਕਾਂ ਦੇ ਜ਼ਿਹਨ ਦੇ ਵਿੱਚ ਇੱਕ ਆਮ ਹੀ ਸਵਾਲ ਹੁੰਦਾ ਹੈ ਕਿ ਇਹ ਜਿਹੜਾ ਸਨਅਤ ਹੈ ਇਹ ਕੁੜੀਆਂ ਦੇ ਲਈ ਚੰਗੀ ਨਹੀਂ ਕੁੜੀਆਂ ਨੂੰ ਇੱਧਰ ਨਹੀਂ ਜਾਣਾ ਚਾਹੀਦਾ ਇਹ ਖੇਤਰ ਕੁੜੀਆਂ ਦੇ ਲਈ ਸੇਫ ਨਹੀਂ ਸੁਰੱਖਿਅਤ ਨਹੀਂ ਹੈ ਇਹ ਗੱਲਾਂ ਕਿੰਨੀਆਂ ਕੁ ਸੱਚੀਆਂ ਨੇ ਇਹ ਤਾਂ ਗੱਲ ਮੈਨੂੰ ਤਾਂ ਇਹ ਗੱਲ 'ਚ ਦਮ ਨਹੀਂ ਲੱਗਦਾ ਇਸ 'ਚ ਕੁੜੀਆਂ ਤਾਂ ਫਿਰ ਜੋ ਕਰਕੇ ਦਿਖਾਉਂਦੀਆਂ ਫਿਰ ਉਹ ਵੱਖਰਾ ਹੀ ਹੁੰਦਾ ਕੁਛ ਕਿਉਂਕਿ ਮੈਂ ਸਾਰਿਆਂ ਨੂੰ ਕਹਿੰਦੀ ਮਾਪਿਆਂ ਨੂੰ ਕਿ ਆਪਣੀਆਂ ਕੁੜੀਆਂ ਨੂੰ ਨਾ ਜੋ ਵੀ ਉਹ ਕਰਨਾ ਚਾਹੁੰਦੀਆਂ ਕਿਸੇ ਵੀ ਫੀਲਡ 'ਚ ਉਹੀ ਕਰਵਾਓ ਜੋ ਉਹ ਕਰਨਾ ਚਾਹੁੰਦੀਆਂ ਜੋ ਉਹਨਾਂ ਦੀ ਦਿਲ ਦੀ ਤਮੰਨਾ ਉਹ ਪੂਰਾ ਕਰਨਗੀਆਂ ਕਿਉਂਕਿ ਉਹ ਪੁਰਾਣੀ ਸੋਚ ਆ ਹੁਣ ਉਹ ਵਾਲੀ ਸੋਚ ਕਿੱਥੋਂ ਆ ਲੋਕ ਜਦੋਂ ਕਹਿੰਦੇ ਸੀ ਨਹੀਂ ਜੀ ਕੁੜੀਆਂ ਨਹੀਂ ਅੱਗੇ ਜਾ ਸਕਦੀਆਂ ਕੁੜੀਆਂ ਨੂੰ ਆਹ ਪ੍ਰੋ ਕੁੜੀ ਨਾਲ ਵਿਆਹ ਕੌਣ ਕਰਾਏਗਾ ਇੱਦਾਂ ਦੀਆਂ ਗੱਲਾਂ ਹੁੰਦੀਆਂ ਨਾ ਜੀ ਇਹ ਚੀਜ਼ ਤਾਂ ਹੈ ਨਹੀਂ ਵੈਸੇ ਹੁਣ ਤਾਂ ਮੇਰੇ ਮੁਤਾਬਕ ਵੀ ਪੇਰੈਂਟਸ ਵੀ ਕੁੜੀਆਂ ਨੂੰ ਅੱਗੇ ਲੈ ਕੇ ਆ ਹੁਣ ਤਾਂ ਮੈਂ ਦੇਖਿਆ ਬਹੁਤ ਸਾਨੂੰ ਫੋਨ ਆਉਂਦੇ ਆ ਸਾਡੀ ਬੇਟੀ ਨੂੰ ਸਿਖਾ ਦਿਓ ਇਸ ਤਰ੍ਹਾਂ ਬਹੁਤ ਫੋਨ ਆਉਂਦੇ ਆ ਹਰ ਕੋਈ ਹੁਣ ਚਾਹੁੰਦਾ ਕਿ ਇਸ ਲਾਈਨ ਇਹ ਲਾਈਨ ਮਾੜੀ ਨਹੀਂ ਹੈਗੀ ਸਿਰਫ ਲੋਕਾਂ ਦੀ ਸੋਚ ਮਾੜੀ ਸੀ ਅੱਛਾ ਲਾਈਨ ਤਾਂ ਮਾੜੀ ਨਹੀਂ ਹੈਗੀ ਟੈਣਾ ਸਾਹਿਬ ਤੁਹਾਨੂੰ ਵੀ ਪਤਾ ਹੀ ਆ ਬਿਲਕੁਲ ਸਹੀ ਹੈ ਨਾ ਕਿਉਂਕਿ ਸੋਚ ਮਾੜੀ ਹੁੰਦੀ ਆ ਕਈ ਲੋਕ ਅੱਜ ਕਈ ਲੋਕ ਅੱਜ ਵੀ ਨਹੀਂ ਬਦਲੇ ਉਹਨਾਂ ਦੇ ਲਈ ਅੱਜ ਵੀ ਸਿੰਗਰ ਨਾਮ ਵੀ ਕੁੜੀਆਂ ਦਾ ਨਾਮ ਅੱਛਾ ਉਹ ਹੋਰ ਤਰ੍ਹਾਂ ਮਤਲਬ ਉਹਨਾਂ ਦੀ ਸੋਚ ਵਿੱਚ ਹੋਰ ਚੀਜ਼ ਆ ਕੋਈ ਪਤਾ ਨਹੀਂ ਕੀ ਸੋਚਦੇ ਆ ਕਿੱਥੋਂ ਸੋਚਦੇ ਆ ਸਤਿਕਾਰ ਦੇਣਾ ਚਾਹੀਦਾ ਕਿਤੇ ਨੂੰ ਬਿਲਕੁਲ ਬਿਲਕੁਲ ਕਲਾ ਨੂੰ ਸਤਿਕਾਰ ਦੇਣਾ ਚਾਹੀਦਾ ਕਈ ਲੋਕ ਨਾ ਬੜੇ ਕੁਰਖਤ ਗਾਉਣ ਵਾਲੀ ਆ ਗਾਉਣ ਵਾਲੀ ਬੜੇ ਘਟੀਆ ਜੇ ਸ਼ਬਦ ਵਰਤਦੇ ਆ ਉਹ ਚੰਗੇ ਨਹੀਂ ਲੱਗਦੇ ਚੰਗੇ ਨਹੀਂ ਲੱਗਦੇ ਸੱਚੀ ਗੱਲ ਬਿਲਕੁਲ ਬਿਲਕੁਲ ਹੁਣ ਤੇ ਅੱਜ ਵੀ ਹੈ ਪਰ ਫਿਰ ਵੀ ਸੁਣਨ ਵਾਲੇ ਲੋਕ ਵੀ ਬਹੁਤ ਆ ਕਲਾ ਨੂੰ ਪਿਆਰ ਕਰਨ ਵਾਲੇ ਲੋਕ ਬਹੁਤ ਆ ਕਲਾ ਨੂੰ ਸਮਝਣ ਵਾਲੇ ਵੀ ਲੋਕ ਆ ਉਹਨਾਂ ਕਰਕੇ ਤਾਂ ਸਾਡੇ ਵਰਗੇ ਕਲਾਕਾਰ ਗਾ ਰਹੇ ਆ ਨਾ ਜੀ ਸੁਣਨ ਵਾਲੇ ਹੈਗੇ ਸਮਝਣ ਵਾਲੇ ਹੈਗੇ ਜੀ ਪਹਿਲਾਂ ਤੁਸੀਂ ਇੱਕ ਗਾਣੇ ਦਾ ਤਾਂ ਚਲੋ ਜ਼ਿਕਰ ਕਰ ਦਿੱਤਾ ਸੀ ਜਿਹਦਾ ਤੁਸੀਂ ਕਿਹਾ ਵੀ ਮੈਂ ਨਾਂ ਨਹੀਂ ਲੈਣਾ ਪਰ ਉਹ ਗਾਣਾ ਮੈਨੂੰ ਲੱਗਦਾ ਵੀ ਮੈਨੂੰ ਨਹੀਂ ਗਾਉਣਾ ਚਾਹੀਦਾ ਸੀ ਉਸ ਤੋਂ ਇਲਾਵਾ ਵੀ ਕੋਈ ਇਹੋ ਜਿਹਾ ਗੀਤ ਹੈਗਾ ਜਿਹਨੂੰ ਗਾਉਣ ਦਾ ਅਫਸੋਸ ਹੋਵੇ ਵੀ ਇਹ ਮੈਨੂੰ ਨਹੀਂ ਗਾਉਣਾ ਚਾਹੀਦਾ ਸੀ ਨਹੀਂ ਉਹੀ ਟੇਪ ਦੇ ਵਿੱਚ ਬਸ ਦੋ ਤਿੰਨ ਗਾਣੇ ਗਾਏ ਉਸ ਤੋਂ ਬਾਅਦ ਮੈਨੂੰ ਨਹੀਂ ਕਿਸੇ ਗਾਣੇ 'ਤੇ ਵੀ ਅਫਸੋਸ ਹੈਗਾ ਕਿਉਂਕਿ ਮੈਨੂੰ ਪਤਾ ਮੈਂ ਠੀਕ ਹੀ ਗਾਏ ਆ ਅੱਛੇ ਗਾਏ ਆ ਮੈਂ ਘਰੇਲੂ ਗਾਏ ਆ ਜਿਹੜੇ ਆਮ ਘਰਾਂ 'ਚ ਆਪਣੇ ਮੀਆਂ ਬੀਬੀ ਦੀ ਨੋਕ ਝੋਕ ਹੁੰਦੀ ਆ ਇੱਕ ਹਸਬੈਂਡ ਵਾਈਫ ਦੀ ਜਾਂ ਕੁੜੀ ਮੁੰਡੇ ਦੀ ਹੋਰ ਤਾਂ ਕੋਈ ਇਦਾਂ ਦਾ ਕੋਈ ਬਾਹਰੋਂ ਤਾਂ ਲਿਆਂਦਾ ਨਹੀਂ ਕੁਛ ਵੀ ਜੀ ਹਾਂਜੀ ਜੀ ਤੇ ਆਪਾਂ ਫਿਰ ਕਿਸੇ ਹੋਰ ਗਾਣੇ ਦੇ ਦੋ ਬੋਲ ਸਾਂਝੇ ਕਰ ਲਈ ਹਾਂਜੀ ਹਾਂਜੀ ਲੌਂਗ ਕੜਾ ਦੂੰ ਨਗ ਜੜਵਾ ਦੂੰ ਲੌਂਗ ਕੜਾ ਦੂੰ ਲੌਂਗ ਕੜਾ ਦੂੰ ਨਗ ਜੜਵਾ ਦੂੰ ਲੈ ਦੁਰਾਣੀ ਹਾਰ ਸੋਹਣੀਏ ਹਾਂ ਕਰਦੇ ਹਾਂ ਕਰਦੇ ਇੱਕ ਵਾਰ ਸੋਹਣੀਏ ਹਾਂ ਕਰਦੇ ਹਾਂ ਕਰਦੇ ਇੱਕ ਵਾਰ ਸੋਹਣੀਏ ਹਾਂ ਕਰਦੇ ਤੇਰੇ ਹੱਥ ਨਹੀਂ ਆਉਣੀ ਮੁੰਡੇ ਤੇਰੇ ਹੱਥ ਨਹੀਂ ਪੈਰਾਂ ਦੇ ਲਈ ਚਾਂਜਰ ਲੈ ਦੂੰ ਗੱਲ ਤੇਰੇ ਲਈ ਗਾਨੀ ਜੇ ਤੂੰ ਮੇਰੇ ਨਾਂ ਲਿਖ ਦੇ ਮੈਂ ਸਜਰੀ ਸੁਰਖ ਜਵਾਨੀ ਜੇ ਤੂੰ ਮੇਰੇ ਨਾਂ ਲਿਖ ਦੇ ਮੈਂ ਸਜਰੀ ਸੁਰਖ ਜਵਾਨੀ ਤੂੰ ਬਣ ਜਾਵੇਂ ਹੀਰ ਸਲੇਟੀ ਤੂੰ ਬਣ ਜਾਵੇਂ ਤੂੰ ਬਣ ਜਾਵੇਂ ਹੀਰ ਸਲੇਟੀ ਮੈਂ ਤੇਰਾ ਰਾਂਝਣ ਯਾਰ ਸੋਹਣੀਏ ਹਾਂ ਕਰਦੇ ਹਾਂ ਕਰਦੇ ਇੱਕ ਵਾਰ ਸੋਹਣੀਏ ਹਾਂ ਕਰਦੇ ਨਹੀਂ ਤੇਰੀ ਹੀਰ ਬਣਾਵੇਂ ਨਾ ਤੂੰ ਰਾਂਝਣ ਮੇਰਾ ਦਿਲ ਮੇਰੇ ਦੀ ਦੌਲਤ ਦੇਗੀ
थक हानिया तेरा दिल मेरे दी दौलत देखी हक हानिया तेरा ऐथे नी गल बननी जा किते होर टराई मार सोनिया नहीं करना नहीं करना मैं प्यार सोनिया नहीं करना हाँ कर दे एक बार सोनिए हाँ कर दे है गलबात ए किने किने गाया जी वैसे कैसेट दे विच लवली निर्माण जी ने गाया लवली भाई दे नाल गाया बहुत बढ़िया ਤੁਹਾਡੇ ਤਾਂ ਉਹਨਾਂ ਦੇ ਨਾਲ ਜਿੰਨੇ ਵੀ ਗਾਣੇ ਆਏ ਸਾਰੇ ਮਕਬੂਲ ਹੋਏ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇ ਹੁਣ ਲੋਕਟ ਦਾ ਕੋਈ ਅਗਲਾ ਭਾਗ ਨਹੀਂ ਕਰ ਰਹੇ ਨਹੀਂ ਕੀਤਾ ਸੀ ਤੇ ਉਹਦੇ ਵਿੱਚ ਸੁਦੇਸ਼ ਭੈਣ ਜੀ ਨੇ ਗਾਇਆ ਸੀ ਲੋਕਟ 2 ਆਇਆ ਸੀ ਤੇ ਬਹੁਤ ਅੱਛਾ ਗਾਇਆ ਸੀ ਸੁਦੇਸ਼ ਭੈਣ ਜੀ ਨੇ ਸਾਰੇ ਆ ਜੀ ਹਾਂਜੀ ਸੁਦੇਸ਼ ਕੁਮਾਰ ਜੀ ਤੁਹਾਡੇ ਬਾਰੇ ਅਕਸਰ ਗੱਲਾਂ ਕਰਦੇ ਰਹਿੰਦੇ ਆ ਅੱਛਾ ਜੀ ਕਹਿੰਦੇ ਮੇਰੀ ਛੋਟੀ ਭੈਣ ਆ ਜੀ ਬਿਲਕੁਲ ਬਿਲਕੁਲ ਕਹਿੰਦੇ ਬੜਾ ਮੋਹ ਆਉਂਦਾ ਮੈਨੂੰ ਇੱਕ ਤਾਂ ਹੁੰਦੀ ਆ ਨਾ ਵੀ ਸੱਚ ਜਾਂਦੀ ਆ ਕਿ ਦਿਖਾਵੇ ਵਾਲੀ ਗੱਲ ਨਹੀਂ ਹੈਗੀ ਇਹਦੇ ਚ ਮੈਂ ਦੀਦੀ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੀ ਹਾਂ ਮੇਰਾ ਹਾਰਮੋਨੀਅਮ ਅੱਗੇ ਪਿਆ ਉਹਨਾਂ ਪਿਆਰ ਵੀ ਮੈਂ ਬਹੁਤ ਕਰਦੀ ਹਾਂ ਕਿਉਂਕਿ ਫੀਮੇਲ ਸਿੰਗਰ ਉਹ ਬਹੁਤ ਹੀ ਅੱਛੀ ਰੂਹ ਆ ਬਹੁਤ ਸਾਫ਼ ਦਿਲ ਦੇ ਸਾਫ਼ ਮਤਲਬ ਬਿਲਕੁਲ ਕੋਈ ਹੈ ਹੀ ਨਹੀਂ ਫਰਕ ਨਹੀਂ ਹੈਗਾ ਅਤੇ ਦੂਜੀ ਗੱਲ ਮੈਨੂੰ ਦੇਖ ਕੇ ਉਹਨਾਂ ਮੈਨੂੰ ਵੀ ਉਹਨਾਂ ਨੂੰ ਦੇਖ ਕੇ ਚਾਅ ਚੜ੍ਹ ਜਾਂਦਾ ਆ ਜਦੋਂ ਅਸੀਂ ਪਹਿਲੀ ਵਾਰੀ ਮਿਲੇ ਨਾ ਅਤੇ ਵੈਸੇ ਜਦੋਂ ਨਾ ਮੇਰੀ ਚੱਲ ਰਹੀ ਸੀ ਟੌਰਚ ਕਿੰਨੀ ਪਹਿਲੀ ਵਾਰੀ ਜਦੋਂ ਫੋਨ ਆਇਆ ਦੀਦੀ ਦਾ ਮੈਨੂੰ ਦੀ ਨੇ ਮੈਨੂੰ ਫੋਨ ਕੀਤਾ ਅਤੇ ਮੈਂ ਜਦੋਂ ਉਹਨਾਂ ਦਾ ਨਾਮ ਸੁਣਿਆ ਮੈਂ ਕਿਹਾ ਸੱਚੀ ਤੁਸੀਂ ਮੇਰਾ ਕਿਉਂਕਿ ਮੈਂ ਦੀ ਨੂੰ ਬਹੁਤ ਜ਼ਿਆਦਾ ਲਾਈਕ ਕਰਦੀ ਸੀ ਅਤੇ ਮੈਨੂੰ ਇਹ ਬਹੁਤ ਜ਼ਿਆਦਾ ਖੁਸ਼ੀ ਹੋਈ ਬਹੁਤ ਜ਼ਿਆਦਾ ਜਦੋਂ ਪਹਿਲੀ ਵਾਰੀ ਮਿਲੇ ਅਤੇ ਮੈਂ ਕੁਛ ਖਾ ਪੀ ਰਹੀ ਸੀ ਮੇਰੇ ਮੈਨੂੰ ਹੁਣ ਯਾਦ ਨਹੀਂ ਯਾਨੀ ਮੇਰੇ ਹੱਥ 'ਚੋਂ ਉਹ ਚੀਜ਼ ਹੀ ਨਿਕਲ ਗਈ ਹਾਂ ਪਤਾ ਨਹੀਂ ਮੈਂ ਚਾਹ ਪੀ ਰਹੀ ਸੀ ਮੇਰੇ ਡਿੱਗ ਪੀ ਜਾ ਮਤਲਬ ਇੰਨਾ ਅਸੀਂ ਇੱਕ ਦੂਸਰੇ ਨੂੰ ਦੇਖ ਕੇ ਖੁਸ਼ ਹੋ ਜਾਂਦੇ ਹਾਂ ਦੀਦੀ ਮੈਨੂੰ ਦੇਖ ਕੇ ਬੜੇ ਖੁਸ਼ ਹੁੰਦੇ ਆ ਬਹੁਤ ਪਿਆਰ ਕਰਦੇ ਆ ਅਤੇ ਮੇਰੇ ਦਿਲ 'ਚ ਵੀ ਵੱਡੀਆਂ ਭੈਣਾਂ ਵਾਲਾ ਹੀ ਸਤਿਕਾਰ ਆ ਉਹਨਾਂ ਲਈ ਹਮੇਸ਼ਾ ਰਹੇਗਾ ਬਹੁਤ ਖੂਬ ਇਹ ਬਹੁਤ ਘੱਟ ਇਹੋ ਜਿਹੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਨੇ ਟਹਿਣਾ ਸਾਹਿਬ ਵੀ ਜਦੋਂ ਤੁਸੀਂ ਇੱਕ ਹੀ ਕਿੱਤੇ ਦੇ ਵਿੱਚ ਵਿਚਰ ਰਹੇ ਹੋਵੋ ਉਦੋਂ ਅਕਸਰ ਤੁਹਾਡੇ ਅੰਦਰ ਨਾ ਇੱਕ ਮੁਕਾਬਲੇ ਵਾਲੀ ਕਹਿ ਲਓ ਵੀ ਸਮਝ ਆ ਜਾਂਦੀ ਹੈ ਵੀ ਨਹੀਂ ਮੇਰਾ ਮੁਕਾਬਲਾ ਇਹਦੇ ਨਾਲ ਪਰ ਬਹੁਤ ਘੱਟ ਇਹੋ ਜਿਹੀਆਂ ਉਦਾਹਰਨਾਂ ਨੇ ਜਿਹੜੀਆਂ ਵਾਕਈ ਮਿਲ ਕੇ ਅੱਗੇ ਵੱਧਦੀਆਂ ਨੇ ਉਹ ਰੂਹ ਔਰ ਨੀਅਤ ਦੇ ਵਿੱਚ ਫਰਕ ਹੁੰਦਾ ਉਹ ਜਿਹੜਾ ਤੁਹਾਡਾ ਜਿਹੜਾ ਮੇਰਾ ਗਾਣਾ ਉਹ ਮੇਰਾ ਆ ਸੁਦੇਸ਼ ਭੈਣ ਜੀ ਦਾ ਸੁਦੇਸ਼ ਭੈਣ ਜੀ ਦਾ ਕਿਉਂਕਿ ਉਹ ਤਾਂ ਸਾਡਾ ਇੱਕ ਰੋਟੀ ਦਾ ਸਾਧਨ ਆ ਅਸੀਂ ਕਮਾਉਣਾ ਔਰ ਖਾਣਾ ਇੱਕ ਦੂਸਰੇ ਨਾਲ ਕੀ ਇੱਕ ਦੂਸਰੇ ਨੂੰ ਇੱਦਾਂ ਨਹੀਂ ਮਤਲਬ ਜੈਲਸੀ ਬਿਲਕੁਲ ਨਹੀਂ ਬਿਲਕੁਲ ਵੀ 1% ਵੀ ਨਹੀਂ ਉਹਨਾਂ ਦੇ ਲਈ ਵੀ ਕਿਸੇ ਲਈ ਵੀ ਨਹੀਂ ਹੈਗੀ ਉਹ ਆਪਣਾ ਗਾ ਰਹੇ ਤੁਹਾਡੇ ਗਾਣੇ ਫਿਲਮਾਂ 'ਚ ਵੀ ਆਏ ਆ ਹਾਂਜੀ ਮੈਂ ਪੰਜਾਬੀ ਫਿਲਮ 'ਚ ਗਾਇਆ ਮੈਂ ਤੂੰ ਅਸੀਂ ਤੁਸੀਂ ਮੂਵੀ ਦਾ ਨਾਮ ਸੀ ਔਰ ਇੱਕ ਹਰਭਜਨ ਮਾਨ ਜੀ ਦੀ ਮੈਂ ਮੂਵੀ 'ਚ ਵੀ ਗਾਇਆ ਸੀ ਪਰ ਉਹ ਕਿਸੇ ਕਰਕੇ ਉਹ ਗਾਣਾ ਰਿਲੀਜ਼ ਨਹੀਂ ਹੋਇਆ ਪਰ ਬਹੁਤ ਅੱਛਾ ਸੀ ਉਹ ਅੱਛਾ ਜੀ ਹਾਂਜੀ ਤੇ ਹੁਣ ਵੀ ਤੁਹਾਨੂੰ ਪੇਸ਼ਕਸ਼ਾਂ ਆਉਂਦੀਆਂ ਵੀ ਭਾਈ ਸਾਡੀ ਫਿਲਮ 'ਚ ਗਾ ਦਿਓ ਹਾਂਜੀ ਬਿਲਕੁਲ ਫਿਲਮ ਵਾਸਤੇ ਤਾਂ ਨਹੀਂ ਆਈ ਐਵੇਂ ਮੈਂ ਝੂਠ ਨਹੀਂ ਬੋਲਣਾ ਪਰ ਡਿਊਟ ਸੌਂਗ ਵਾਸਤੇ ਮੈਨੂੰ ਕਾਫੀ ਅਪਰੋਚ ਤੇ ਕੀ ਭਵਿੱਖ ਦੀਆਂ ਕੀ ਯੋਜਨਾਵਾਂ ਅੱਜ ਕੱਲ੍ਹ ਕੀ ਚੱਲਦਾ ਤਿਆਰੀ ਕੀ ਚੱਲਦੀ ਹੈ ਇਹੀ ਆ ਕਿ ਅਸੀਂ ਦੋਨੋਂ ਜਾਣੇ ਵੀ ਕੁਛ ਕਰਾਂਗੇ ਇਨ ਫਿਊਚਰ ਸੋਚਿਆ ਹੋਇਆ ਕੁਛ ਅੱਛੀ ਪਲੈਨਿੰਗ ਕਰਾਂਗੇ ਤੇ ਬਾਕੀ ਹੋਣਾ ਤਾਂ ਉਹੀ ਆ ਜੋ ਡਾਡੇ ਨੂੰ ਮਨਜ਼ੂਰ ਆ ਪਰ ਅਸੀਂ ਅੱਛਾ ਕਰਨਾ ਚਾਹੁੰਦੇ ਆ ਔਰ ਜਿਹੜੇ ਮੇਰੇ ਆ ਰਹੇ ਆ ਟਰੈਕ ਬਹੁਤ ਅੱਛੇ ਆ ਰਹੇ ਆ ਹਾਂਜੀ ਤੇ ਤੁਹਾਡੇ ਤੋਂ ਇਲਾਵਾ ਵੀ ਹੋਰ ਕਿਸੇ ਨੂੰ ਘਰ ਦੇ ਵਿੱਚ ਗਾਉਣ ਦਾ ਸ਼ੌਂਕ ਹੈ ਹਾਂਜੀ ਮੇਰੀ ਵੈਸੇ ਮੇਰੇ ਸਾਰੇ ਪਰਿਵਾਰ ਨੂੰ ਮੇਰੀਆਂ ਚਾਰ ਅਸੀਂ ਚਾਰ ਭੈਣਾਂ ਮੇਰੇ ਤੋਂ ਛੋਟੀਆਂ ਤਿੰਨ ਭੈਣਾਂ ਆ ਦੋ ਬ੍ਰਦਰ ਆ ਮੇਰੇ ਅਤੇ ਮੰਮੀ ਡੈਡੀ ਡੈਡੀ ਤਾਂ ਚਲੋ ਨਹੀਂ ਹੈਗੇ ਦੁਨੀਆਂ 'ਚ ਸਾਰਿਆਂ ਨੂੰ ਵੀ ਗਾਉਣ ਦਾ ਸ਼ੌਂਕ ਆ ਅਸੀਂ ਇਕੱਠੇ ਕਵਾਲੀ ਵਾਂਗੂ ਬੈਠ ਕੇ ਗਾਉਣ ਲੱਗ ਜਾਂਦੇ ਸੀ ਅਤੇ ਪਰ ਮੇਰੀ ਛੋਟੀ ਸਿਸਟਰ ਆ ਜਿਹੜੀ ਉਹ ਗਾ ਮਤਲਬ ਇਸ ਵੇਲੇ ਸਿੰਗਿੰਗ ਕਰਦੀ ਆ ਅੱਛਾ ਬਹੁਤ ਹੀ ਪਿਆਰਾ ਗਾਉਂਦੀ ਆ ਬਹੁਤ ਹੀ ਸੁਹੀਲੀ ਆ ਰਹਿਮਤ ਰਹਿਮਤ ਪਾਟਾ ਪਾਟਾ ਬਹੁਤ ਅੱਛਾ ਔਰ ਅੱਛਾ ਗਾਉਂਦੀ ਆਉਣ ਵਾਲੇ ਟਾਈਮ 'ਚ ਉਹਦਾ ਅੱਛਾ ਟਾਈਮ ਹੋਏਗਾ ਮੈਂ ਉਮੀਦ ਕਰਦੀ ਹਾਂ ਜੀ ਤੇ ਤੁਸੀਂ ਕੋਈ ਹੋਰ ਨਵੇਂ ਗਾਣੇ ਲਿਖ ਰਹੇ ਹੋ ਕੋਈ ਨਵੇਂ ਗੀਤ ਲੈ ਕੇ ਆ ਰਹੇ ਹੋ ਹਾਂਜੀ ਜਿੱਦਾਂ ਕੋਸ਼ਿਸ਼ ਕਰਦੇ ਰਹਿੰਦੇ ਆ ਜੇ ਇਹਨਾਂ ਨੂੰ ਕੁਝ ਵਧੀਆ ਲੱਗਦਾ ਤਾਂ ਫਿਰ ਅਸੀਂ ਟਰਾਈ ਕਰ ਲੈਂਦੇ ਆ ਅਸੀਂ ਲਿਖਦੇ ਰਹਿੰਦੇ ਕੁਝ ਨਾ ਕੁਝ ਜਾਂ ਘਰੇ ਹੁੰਨੇ ਆ ਜਦੋਂ ਵੀ ਫਿਰ ਰਿਆਜ਼ ਕਰੀਦੇ ਆ ਕੁਝ ਨਾ ਕੁਝ ਗਾਈ ਜਾਂਦੇ ਆ ਮਤਲਬ ਅਸੀਂ ਹੁਣ ਇਹਨਾਂ ਦਾ ਤਾਂ ਇਹ ਹੋ ਗਿਆ ਨੇਚਰ ਕਿ ਪ੍ਰਵੀਨ ਤੂੰ ਚੁੱਪ ਨਹੀਂ ਰਹਿਣਾ ਕਰੀ ਚੱਲ ਕੁਝ ਨਾ ਕੁਝ ਕਿਉਂਕਿ ਸਾਡਾ ਫਰਜ਼ ਆ ਕਹਿੰਦੇ ਨਹੀਂ ਹੁੰਦੇ ਕਿ ਮਾਲਕ ਦਾ ਕੰਮ ਫਲ ਫੁੱਲ ਲਾਣਾ ਤੁਸੀਂ ਸਿਰਫ ਇਹਨਾਂ ਦੇ ਲਈ ਹੀ ਗਾਣੇ ਲਿਖੇ ਨੇ ਜਾਂ ਇਹਨਾਂ ਤੋਂ ਇਲਾਵਾ ਵੀ ਹੋਰ ਕਿਸੇ ਗਾਇਕਾਂ ਨੇ ਤੁਹਾਡੇ ਜਾਂ ਗਾਇਕ ਨੇ ਤੁਹਾਡੇ ਲਿਖੇ ਗਾਣੇ ਗਾਏ ਨੇ ਨਹੀਂ ਧਾਰਮਿਕ ਗਾਏ ਨੇ ਜਿੱਦਾਂ ਗੁਰਦਰਸ਼ਨ ਧੂਰੀ ਉਹਨਾਂ ਦਾ ਇੱਕ ਸੌਂਗ ਆਇਆ ਸੀ ਡੋਲੇ ਨੂੰ ਤਵੀ ਡੋਲੇ ਨੂੰ ਤਵੀਤ ਬਣੀ ਡੋਲੇ ਨੂੰ ਤਵੀਤ ਬਹੁਤ ਸੁਰੀਲੀ ਹੈ ਗੁਰਲੇਜ ਜੀ ਨਾਲ ਆਇਆ ਸੀ ਉਹਨਾਂ ਦਾ ਅੱਛਾ ਜੀ ਹਾਂ ਤੇ ਉਹਨਾਂ ਨੇ ਗਾਇਆ ਉਹਨਾਂ ਨੇ ਵੀ ਗਾਇਆ ਤੇ ਕਮਰਸ਼ੀਅਲ ਦਾ ਇਹਨਾਂ ਨੇ ਜ਼ਿਆਦਾ ਨਹੀਂ ਲਿਖੇ ਵੀ ਪ੍ਰੋਫੈਸ਼ਨਲੀ ਨਹੀਂ ਮੈਂ ਲਿਖਦਾ ਹੈਗਾ ਬਸ ਕਦੀ ਆਈਡੀਆ ਆ ਗਿਆ ਤਾਂ ਲਿਖ ਦਿੰਦੇ ਆ
ਤੁਸੀਂ ਇੰਨੇ ਨਾ ਘੱਟ ਬੋਲਦੇ ਆ ਵੀ ਮੈਂ ਬੜਾ ਕੁਛ ਸਿੱਖਣਾ ਚਾਹੁੰਦਾ ਤੁਹਾਡੇ ਕੋਲੋਂ ਕਿਤੇ ਇਹ ਨਾ ਹੋਏ ਸਿੱਖਦੇ ਸਿੱਖਦੇ ਉਹਨਾਂ ਨੂੰ ਆਪਣੇ ਵਰਗਾ ਬਣਾ ਲਓ ਅੱਛਾ ਬਣਾ ਲਓ ਪਲੀਜ਼ ਇਹ ਜਾਂਦੇ 22 ਮਿੰਟ ਦਾ ਖਬਰ ਦੀ ਖਬਰ ਕਰ ਦੇਣਾ ਮੈਂ ਤੁਹਾਡੇ ਵਰਗਾ ਬਣਨਾ ਚਾਹੁੰਦਾ ਇਹ ਤੁਸੀਂ ਸਲਾਹ ਕਰ ਲਓ ਤੁਸੀਂ ਕਿੰਨੀ ਜਲਦੀ ਗੱਲ ਨੂੰ ਪਕੜ ਕਰਕੇ ਉਹਦੇ ਵਿੱਚੋਂ ਗੱਲ ਕੱਢਣੀ ਹੈ ਬਹੁਤ ਵੱਡੀ ਗੱਲ ਆ ਪਰ ਮੈਂ ਤਾਂ ਐਂ ਜੇ ਬੈਠੇ ਨਹੀਂ ਜਾਂਦਾ ਜੇ ਐਂ ਕਰਕੇ ਨਾ ਮੈਂ ਤਾਂ ਨਹੀਂ ਬਹਿ ਸਕਦਾ ਕੋਈ ਨਾ ਕੋਈ ਐਕਟੀਵਿਟੀ ਹੁੰਦੀ ਰਹਿੰਦੀ ਹੈ ਮੈਂ ਤਾਂ ਹੀ ਕਹਿੰਦਾ ਮੈਂ ਤੁਹਾਡੇ ਵਰਗਾ ਬਣਨਾ ਫੀਲਡ ਇਦਾਂ ਸੋ ਟਾੜਾ ਸਾਹਿਬ ਹੁਣ ਆਪਾਂ ਸਵਾਲ ਵੀ ਅੱਗੇ ਵਧਾਈਏ ਨਾ ਇੱਕ ਦੂਜੇ ਵਰਗੇ ਤਾਂ ਬਣ ਜਾਗੇ ਕੋਈ ਨਹੀਂ ਹਾਂ ਤੇ ਨਹੀਂ ਤੁਸੀਂ ਅੱਜ ਕਿੱਥੇ ਗਵਾਚੇ ਮੈਂ ਅੱਜ ਗਾਇਕੀ ਦਾ ਆਨੰਦ ਮਾਣ ਰਿਹਾ ਲੁਤਫ ਲੈ ਰਿਹਾ ਬਸ ਹਾਂ ਤੇ ਫਿਰ ਆਪਾਂ ਉਹਨਾਂ ਨੇ ਸ਼ੁਰੂਆਤ ਦੇ ਵਿੱਚ ਕਿਹਾ ਸੀ ਵੀ ਉਹ ਗਜ਼ਲਾਂ ਵੀ ਗਾਉਂਦੇ ਰਹੇ ਨੇ ਹਨਾ ਉਹਨਾਂ ਦਾ ਵੀ ਸ਼ੌਕ ਹੈ ਤੇ ਆਪਾਂ ਇੱਕ ਮਹਿਫਲੀ ਰੰਗ ਪੇਸ਼ ਕਰਦੇ ਨੇ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਕਿਉਂ ਨਹੀਂ ਸਲਾਮਤ ਰਹੇ ਔਰ ਤੁਹਾਡਾ ਇਹ ਪ੍ਰੋਗਰਾਮ ਸਦਾ ਸਲਾਮਤ ਰਹੇ ਬਹੁਤ ਸ਼ੁਕਰੀਆ ਬਹੁਤ ਅੱਛਾ ਤੁਹਾਡਾ ਕਿਉਂਕਿ ਇਸ ਪ੍ਰੋਗਰਾਮ ਨੂੰ ਲੋਕ ਬਹੁਤ ਜ਼ਿਆਦਾ ਫੈਨ ਆ ਤੁਹਾਡੇ ਤੁਹਾਡਾ ਪ੍ਰੋਗਰਾਮ ਬਹੁਤ ਪਸੰਦ ਕੀਤਾ ਜਾਂਦਾ ਲੋਕਾਂ ਵੱਲੋਂ ਔਰ ਮੈਂ ਮਾਣ ਮਹਿਸੂਸ ਕਰਦੀ ਹਾਂ ਕਿ ਇਸ ਪ੍ਰੋਗਰਾਮ ਦਾ ਇੱਕ ਛੋਟਾ ਜਿਹਾ ਹਿੱਸਾ ਅੱਜ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜੀ ਬਹੁਤ ਚੰਗਾ ਲੱਗਿਆ ਜਦੋਂ ਵੀ ਤੁਸੀਂ ਕੋਈ ਨਵਾਂ ਉਦਮ ਕੀਤਾ ਜੀ ਵੱਡਾ ਵਧੀਆ ਚੰਗੇਰਾ ਅਲੋਕਾਰਾ ਵੱਖਰਾ ਆਪਾਂ ਫਿਰ ਇਕੱਠੇ ਹੋ ਜਾਣਾ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ ਚਾਰਨ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਜੱਜ ਦਾ ਵਿਚਾਰ